हाँ जी सारयां नूं प्यार भरी सत श्री अकाल जी। दोस्तों आ तस्वीरां दे विच जिहड़े तुसीं सरदार साहब देखदे हो, कोई समां सीगा अमरीका दी फौज सीगी, फौज नूं इह रोटी पका के दिंदे सीगे, जाणी कि खाणा खवाउंदे सीगे, तां हुण पंजाब वापस आ गए ने। कोई समां सीगा जदों इहनां ते डिपेंड करदी सी अमेरिका दी आर्मी, तां अज इह पंजाब वापस आ गए ने। तां हर किसी नूं इह खुशी भी है क्योंकि अपना पंजाब छड्डण दे विच जिथे वड्डी गिणती विच पंजाबी ने जिहड़े उह पंजाब छड्ड रहे ने, उत्थे बहुत सारे पंजाब हितैषी लोग अजिहे भी ने जिहड़े पंजाब दे विच ही रहना चाहुंदे ने, जिन्हां नूं प्यार है पंजाब दे नाल, जिन्हां दे विचों इक इह सरदार साहब ने। सरदार साहब नाल गल्लबात भी करदे हां। सरदार साहब सति श्री अकाल जी। सति श्री अकाल जी। की हाल चाल, ठीक ठाक हो जी? चढ़दी कला जी। अच्छा, चर्चावां तुहाडे बारे सुणिया भी तुसीं अमेरिका दी फौज नूं रोटी खवाउंदे रहे जी। हां जी जी, 2004 च सीगा जी, मैं इराक दे विच। अच्छा जी। उत्थे आपां यूएस आर्मी नूं फूड सर्व करदे सी जी। अच्छा जी जी। ਉਦੋਂ ਮੇਰੇ ਕੇਸ ਨਹੀਂ ਸੀ ਹੁੰਦੇ ਤੇ ਚੜ੍ਹਦੀ ਜਵਾਨੀ 'ਚ ਸਾਨੂੰ ਏਜੰਟਾਂ ਨੇ ਧੱਕਾ ਲਾਇਆ ਤੇ ਕਹਿ ਕੇ ਦੁਬਈ ਦੇ ਕੈਦ ਦਾ ਤੇ ਸਾਨੂੰ ਇਰਾਕ ਭੇਜਿਆ ਗਿਆ ਤੇ ਉੱਥੋਂ ਫਿਰ ਸਫ਼ਰ ਸ਼ੁਰੂ ਹੋਇਆ ਜ਼ਿੰਦਗੀ ਦਾ ਮੇਰਾ। ਇਹ ਅਮੈਰੀਕਾ ਦੀ ਫੌਜ ਨੂੰ ਮਿਲਣਾ ਜਾਂ ਅਮੈਰੀਕਾ ਪਹੁੰਚਣਾ ਤਾਂ ਪੰਜਾਬ ਦੇ ਨੌਜਵਾਨਾਂ ਦਾ ਸੁਪਨਾ ਹੈਗਾ, ਤੁਸੀਂ ਉੱਥੋਂ ਛੱਡ ਕੇ ਸਾਰਾ ਕੁਝ ਆ ਗਏ ਜੀ ਇੱਥੇ, ਇਹ ਕੀ ਸਬੱਬ ਬਣਿਆ ਜਿਹੜਾ ਪੰਜਾਬ ਦੇ ਨਾਲ ਇੰਨਾ ਮੋਹ ਪਿਆਰ ਹੈ ਜਿਹੜਾ ਇੱਥੇ ਵਾਪਸ ਆ ਗਏ ਜੀ? ਜੀ ਹਾਂਜੀ, ਪਿਆਰ ਤਾਂ ਪੰਜਾਬ ਨਾਲ ਬਹੁਤ ਹੈ ਜੀ, ਤਾਂ ਹੀ ਇੱਥੇ ਹੁਣ ਰੁਕੇ ਹੋਏ ਹਾਂ। 3-4 ਕੰਟਰੀਆਂ ਤੋਂ ਬਾਹਰ ਕੰਮ ਕਰਕੇ ਤੇ ਵਾਪਸ ਆ ਗਏ ਇੱਥੇ, ਹੁਣ ਮੁੜ ਕੇ ਹੁਣ ਦਿਲ ਨਹੀਂ ਕਰਦਾ ਬਾਹਰ ਜਾਣ ਨੂੰ। ਅੱਛਾ, ਸਾਰੀ ਉਮਰ ਇੱਥੇ ਪੰਜਾਬ ਹੀ ਰਹਿਣਾ ਜੀ ਆਪਾਂ, ਕੰਮ ਇੱਥੇ ਕਰਨਾ ਆ, ਇੱਥੇ ਮੌਜ ਇੱਥੇ ਵਰਗੀ ਆਪਾਂ ਪੰਜਾਬ ਵਰਗੀ ਕਿਤੇ ਵੀ ਨਹੀਂ। ਇਹ ਵੱਡੀ ਗੱਲ ਕਹਿ ਰਹੇ ਹੋ ਜੀ, ਇੱਥੇ ਰਹਿਣਾ, ਇੱਥੇ ਤਾਂ ਨੌਜਵਾਨਾਂ ਦੀ ਦੌੜ ਲੱਗੀ ਹੋਈ ਆ ਵੀ ਅਸੀਂ ਬਾਹਰ ਜਾਈਏ ਕਿਸੇ ਨਾ ਕਿਸੇ ਤਰੀਕੇ ਰਾਹੀਂ, ਫਿਰ ਤੁਸੀਂ ਇੱਥੇ ਹੀ ਆਪਣਾ ਕੰਮ ਕਰ ਰਹੇ ਹੋ। ਖਾਸ ਤੌਰ 'ਤੇ ਮੈਂ ਜਿੰਨੇ ਵੀਰ ਭਰਾ ਜੁੜੇ ਨੇ ਇਸ ਵੀਡੀਓ ਦੇ ਵਿੱਚ ਦੱਸ ਦਈਏ ਦੋਸਤੋ, ਰੇੜੀ ਰੌਣ ਦੇ ਵਿੱਚ ਜਿਹੜੇ ਪੰਜਾਬੀ ਨੇ ਜ਼ਿਆਦਾਤਰ ਉਹ ਸ਼ਰਮ ਮਹਿਸੂਸ ਕਰਦੇ ਨੇ, ਪਰ ਆਹ ਸਰਦਾਰ ਸਾਹਿਬ ਅਜਿਹੇ ਹੈਗੇ ਨੇ ਜਿਹੜੇ ਇਹ ਇੱਥੇ ਆਲੇ ਦੁਆਲੇ ਜਿਹੜੇ ਪ੍ਰਵਾਸੀ ਆ ਉਹ ਵੀ ਇਹਨਾਂ ਤੋਂ ਡਰ ਖੌਫ ਖਾਂਦੇ ਨੇ ਕਿਉਂਕਿ ਇਹ ਜਿਵੇਂ ਪੰਜਾਬ ਦੇ ਨਾਲ ਪੰਜਾਬ ਹਿਤੈਸ਼ੀ ਨੇ ਔਰ ਪੰਜਾਬ ਦੇ ਲੋਕਾਂ ਦਾ ਬਹੁਤ ਸਾਰਾ ਇਹਨਾਂ ਦਾ ਪ੍ਰੇਮ ਪਿਆਰ ਹੈ। ਅਤੇ ਕਿਵੇਂ ਦੇਖਦੇ ਹੋ ਜੀ ਇਹ ਰੇੜੀ, ਇਸ ਨੂੰ ਤਾਂ ਛੋਟਾ ਕੰਮ ਮੰਨਿਆ ਜਾਂਦਾ, ਬਹੁਤੇ ਲੋਕ ਕਹਿੰਦੇ ਨੇ ਵੀ ਰੇੜੀ ਲਾਉਣਾ ਫੜੀ ਲਾਉਣਾ ਹੀ ਛੋਟਾ ਕੰਮ ਹੈਗਾ, ਤੁਸੀਂ ਇੱਥੇ ਬਰਾਬਰ ਜਿਹੜੇ ਆਲੇ ਦੁਆਲੇ ਪ੍ਰਵਾਸੀ ਵੀ ਹੈਗੇ, ਤੁਸੀਂ ਉਹਨਾਂ ਦੇ ਵਿੱਚ ਖੜੇ ਹੋ ਜੀ? ਜੀ ਇੱਦਾਂ ਜੀ, ਮੈਂ ਜਦ 2020 'ਚ ਜੀ, ਉਸ ਤੋਂ ਪਹਿਲਾਂ ਮੈਂ ਜੋਬ ਕਰਦਾ ਸੀ ਇੱਥੇ ਲੋਕਲ ਨਾ, ਥੋੜ੍ਹੀ ਜਿਹੀ ਮਤਲਬ ਕਿ ਪੈਸਿਆਂ ਦੇ ਵਿੱਚ ਕੰਮ ਕਰਦੇ, ਤਾਂ ਮੁੜ ਕੇ ਜਿੱਦਾਂ ਵਧੀ ਆਪਾਂ ਕੀ ਕਹਿੰਦੇ ਆ, ਮਤਲਬ ਮੈਂ ਆਪਣੇ ਮਿੱਤਰ ਨੂੰ ਕਿਹਾ ਕਿ ਮੇਰਾ ਇੱਥੇ ਘਰ ਦਾ ਖਰਚਾ ਨਹੀਂ ਚੱਲਦਾ ਅਤੇ ਮੈਨੂੰ ਕੋਈ ਕੰਮ ਦਿੱਤਾ ਜਾਏ ਨਾ, ਉਹ ਕੋਈ ਕਾਊਂਟਰ ਸੀਗਾ ਅਤੇ ਮੈਂ ਕੋਈ ਕਾਊਂਟਰ ਲੈ ਲਿਆ ਸੀ ਅਤੇ ਉਹਨੇ ਮੈਨੂੰ ਸਿੱਖਿਆ ਇੱਦਾਂ ਦਿੱਤੀ, 2 ਦਿਨ ਉਹਨੇ ਮੈਨੂੰ ਕਾਊਂਟਰ ਖੁਦ ਧੱਕਾ ਲਾ ਕੇ ਕਹਿੰਦਾ ਸੀ ਉੱਥੇ ਛੱਡ ਕੇ ਆਉਣਾ, ਮਤਲਬ 2 ਦਿਨ ਦੀ ਉਹਦੇ ਜੇ ਸਿੱਖਿਆ ਵਿੱਚ ਇਹ ਦੱਸਿਆ ਕਿ ਤੇਰੀ ਸ਼ਰਮ ਉਤਰ ਜਾਊਗੀ, ਅਤੇ 3-ਦਿਨ ਮੈਂ ਕਾਊਂਟਰ ਨੂੰ ਧੱਕਾ ਲਾ ਕੇ ਮੈਂ ਆਪਣੀ ਜਗ੍ਹਾ 'ਤੇ ਪਹੁੰਚਿਆ ਸੀ। ਮੈਂ 2020 ਜਨਵਰੀ ਤੋਂ ਕੰਮ ਸ਼ੁਰੂ ਕੀਤਾ ਜੀ ਮੈਨੂੰ। ਖਾਸ ਤੌਰ ਤੇ ਲੋਕੀ ਤਾਂ ਵੈਸੇ ਹੈ ਨਾ, ਜੇ ਜਿੰਨੇ ਵੀਰ ਭਰਾ ਵੀਡੀਓ ਦੇਖ ਰਹੇ ਨੇ ਦੋਸਤੋ, ਇਹ ਭਾਈ ਸਾਹਿਬ ਹੋਣੀ ਇੱਥੇ ਪਕਵਾਨ ਦਿੰਦੇ ਨੇ, ਕੋਈ ਸਮਾਂ ਸੀਗਾ ਅਮਰੀਕਾ ਦੀ ਆਰਮੀ ਨੂੰ ਵੀ ਸਰਵ ਕਰਦੇ ਰਹੇ ਹੈ ਨਾ, ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤੇ ਜਿਹੜੇ ਆਪਣੇ ਪੰਜਾਬੀ ਲੋਕ ਹੈਗੇ ਨੇ ਉਹ ਪੰਜਾਬੀਆਂ ਦੀ ਸਪੋਰਟ ਨਹੀਂ ਕਰਦੇ, ਖਾਸ ਤੌਰ ਤੇ ਪ੍ਰਵਾਸੀਆਂ ਤੋਂ ਖਾਂਦੇ ਨੇ, ਤੁਸੀਂ ਸਰਦਾਰ ਸਾਹਿਬ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਬਹੁਤੇ ਲੋਕ ਪ੍ਰਾਇਓਰਿਟੀ ਪ੍ਰਵਾਸੀਆਂ ਨੂੰ ਦਿੰਦੇ ਨੇ ਜੀ। ਬਿਲਕੁਲ ਜੀ, ਕਰਦੇ ਜੀ, ਪ੍ਰਵਾਸੀਆਂ ਵੱਲ ਜਾਂਦੇ ਆ ਤੇ ਉਹ ਸੋਚਦੇ ਕਿ ਜਦੋਂ ਜਿੱਦਾਂ ਪ੍ਰਵਾਸੀ ਤੋਂ ਜਿੱਦਾਂ ਖਾਣਾ ਉਹ ਗੱਡੀ ਚ ਉਤਰ ਦਿਓ, ਇੱਕ ਵੈਜ ਸਟੀਮ ਇੱਕ ਨੌਨ ਵੈਜ ਸਟੀਮ, ਜਿੱਦਾਂ ਉਹ ਗੱਡੀਆਂ ਚ ਉਤਰ ਕੇ ਸਰਵ ਕਰ ਦਿੰਦੇ ਆ ਹਨਾ, ਤੇ ਪੰਜਾਬੀਆਂ ਨੂੰ ਇੱਦਾਂ ਇਸ ਲਈ ਚੱਕਦੇ ਨਹੀਂ ਜਾਂਦੇ ਕਿ ਉਹ ਗੱਡੀ ਚ ਸਰਵ ਨਹੀਂ ਕਰੂਗਾ ਜਾਂ ਕੀ ਮਤਲਬ ਹਨਾ, ਕਿ ਜਾਂ ਉਹ ਕੋਈ ਜਾਂ ਮੁੱਲ ਘੱਟ ਦਊਗਾ ਕਿ ਮਤਲਬ ਆਪਣਾ ਉਹ ਚ ਮਤਲਬ ਡਿਸਕਾਊਂਟ ਨਹੀਂ ਦਊਗਾ, ਤੇ ਇਹ ਸੋਚਦੇ ਕਈ ਲੋਕੀ ਮਤਲਬ ਇਹ ਸੋਚ ਆ, ਪਰ ਇਹ ਨਹੀਂ ਸੋਚਦੇ ਕਿ ਲੋਕੀ ਜਿਹੜੇ ਪ੍ਰਵਾਸੀਆਂ ਖਾਂਦੇ ਉਹ ਕਿੱਦਾਂ ਗੰਦਾ ਅਨਹਾਈਜੀਨਿਕ ਫੂਡ ਦਿੰਦੇ ਤੁਹਾਨੂੰ ਜੀ। ਇਹ ਆਪਾਂ ਘਰ ਵਿੱਚ ਬਣਾਇਆ ਤਿਆਰ ਕੀਤਾ, ਆਪਣੇ ਵਧੀਆ ਘਰਾਂ 'ਚੋਂ ਆਏ ਅਸੀਂ, ਕਿਤੇ ਮਾੜੀ ਘਰ 'ਚ ਨਹੀਂ ਆ ਹਨਾ, ਰੱਬ ਦੀ ਬਹੁਤ ਮਿਹਰ ਆ, ਪਰ ਇਹੀ ਗੱਲ ਕਹਿੰਦੀ ਹੈ ਕਿ ਅਸੀਂ ਵਧੀਆ ਘਰਾਂ 'ਚ ਉੱਠ ਕੇ ਆਏ ਹਾਂ, ਵਧੀਆ ਕੰਮ ਕਰਦੇ, ਸਾਫ਼ ਸੁਥਰਾ ਕੰਮ ਆ ਜੀ, ਵਧੀਆ ਪਕਵਾਨ ਦਿੰਦੇ ਲੋਕਾਂ ਨੂੰ, ਅਤੇ ਇੰਨਾ ਮੋਹ ਪਿਆਰ ਜੀ ਬਣਿਆ ਹੋਇਆ ਨਾ ਲੋਕਾਂ ਦਾ, ਬਹੁਤ ਸਾਰੇ ਡੇਲੀ ਦੇ ਕਸਟਮਰ ਦਾ ਮਤਲਬ ਇੰਨੇ ਪਿਆਰ ਨਾਲ ਆ ਕੇ ਇੱਥੇ ਗੱਲਬਾਤ ਕਰਦੇ, ਲੇਡੀਜ਼ ਆਉਂਦੀਆਂ, ਬੱਚੇ ਆਉਂਦੇ, ਕੁੜੀਆਂ ਆਉਂਦੀਆਂ, ਧੀਆਂ ਆਉਂਦੀਆਂ, ਸਾਰਿਆਂ ਦਾ ਇੰਨਾ ਮੋਹ ਪਿਆਰ ਆ, ਮਤਲਬ ਬਹੁਤ ਵਧੀਆ ਰਿਸਪੈਕਟ ਹੈ, ਰਿਸਪੋਂਸ ਮੈਨੂੰ ਇੱਥੇ ਮਿਲਿਆ ਜੀ। ਆਪਣਾ ਤੁਸੀਂ ਨਾਲ ਦੀ ਨਾਲ ਕੰਮ ਵੀ ਕਰੀ ਜਾਓ, ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਦੋਸਤੋ, ਲੋਕੇਸ਼ਨ ਇੱਕ ਵਾਰ ਜ਼ਰੂਰ ਤੁਹਾਨੂੰ ਮੈਂ ਦੱਸ ਦਿੰਦਾ, ਜਲੰਧਰ ਦਾ ਇਹ ਹੈਗਾ ਕਿਊਰੋ ਮਾਲ, ਕਿਊਰੋ ਮਾਲ ਦੇ ਬਿਲਕੁਲ ਸਾਹਮਣੇ ਸਰਦਾਰ ਸਾਹਿਬ ਇਹ ਰੇੜੀ ਲਗਾ ਕੇ ਇੱਥੇ ਕੰਮ ਕਰਦੇ ਨੇ। ਪਰ ਵੱਡੀ ਗੱਲ ਇਹ ਆ, ਲੋਕੀ ਅਮਰੀਕਾ ਜਾਣ ਨੂੰ ਤਰਸਦੇ ਨੇ, ਕੋਈ ਸਮਾਂ ਸੀਗਾ ਅਮਰੀਕਾ ਦੀ ਆਰਮੀ ਨੂੰ ਇਹ ਪਕਵਾਨ ਬਣਾ ਕੇ ਦਿੰਦੇ ਸੀ, ਤਾਂ ਅੱਜ ਪੰਜਾਬ ਦੇ ਨਾਲ ਇੰਨਾ ਇਹਨਾਂ ਨੂੰ ਮੋਹ ਪਿਆਰ ਹੈ, ਇਹ ਪੰਜਾਬ ਦੇ ਵਿੱਚ ਹੀ ਰਹਿ ਕੇ ਆਪਣਾ ਕੰਮ ਕਰਨਾ ਚਾਹੁੰਦੇ ਨੇ, ਕਿਉਂਕਿ ਇਹਨਾਂ ਨੂੰ ਇਹ ਆ ਵੀ ਅਸੀਂ ਪੰਜਾਬ ਦੇ ਨਾਲ ਹੀ ਜੁੜੇ ਰਹੀਏ, ਮਿੱਟੀ ਦੇ ਨਾਲ ਜੁੜੇ ਰਹੀਏ, ਤਾਂ ਜੋ ਪੰਜਾਬ ਅਤੇ ਪੰਜਾਬੀਅਤ ਦੀ ਹੋਂਦ ਨੂੰ ਬਚਾਇਆ ਜਾ ਸਕੇ। ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ, ਤੁਹਾਨੂੰ ਇਹ ਵੀ ਦੱਸ ਦਈਏ ਕਿ ਸਰਦਾਰ ਸਾਹਿਬ ਅਮਰੀਕਾ ਦੀ ਆਰਮੀ ਨੂੰ ਕਿਸੇ ਸਮੇਂ ਪਕਵਾਨ ਪਕਾ ਕੇ ਦਿੰਦੇ ਸੀਗੇ। ਬਾਈ ਜੀ, ਨੌਜਵਾਨ ਬਥੇਰੇ ਹੈਗੇ ਨੇ ਪੰਜਾਬ ਦੇ ਵਿੱਚ, ਕੰਮ ਕਿਉਂ ਨਹੀਂ ਕਰਨਾ ਚਾਹੁੰਦੇ? ਤੁਸੀਂ ਕੀ ਮੰਨਦੇ ਹੋ, ਜ਼ਿਆਦਾਤਰ ਇੱਥੇ ਵੀ ਆਉਂਦੇ ਹੋਣਗੇ ਤੁਹਾਡੇ ਕੋਲ ਹੈ ਨਾ ਨੌਜਵਾਨ, ਕੀ ਮਾਨਸਿਕਤਾ ਕੀ ਕਹਿੰਦੀ ਉਹਨਾਂ ਦੀ?
ਉਹਨਾਂ ਦੀ ਮਾਨਸਿਕਤਾ ਇਹ ਜੀ ਕਿ ਇੱਥੇ ਜਿਹੜਾ ਪੋਲੀਟੀਕਲ ਸਿਸਟਮ ਹੈਗਾ ਉਹ ਆਪਾਂ ਨੂੰ ਪੂਰੀ ਆਜ਼ਾਦੀ ਨਹੀਂ ਦਿੰਦਾ ਕਿ ਇੱਥੇ ਆਪਾਂ ਕੰਮ ਕਰ ਸਕੀਏ, ਸਾਨੂੰ ਉਸ ਹਿਸਾਬ ਨਾਲ ਰੋਜ਼ਗਾਰ ਨਹੀਂ ਮਿਲਦਾ ਜੀ। ਜੀ ਪ੍ਰਵਾਸੀ ਲੋਕਾਂ ਨੂੰ ਪੂਰਾ ਰੋਜ਼ਗਾਰ ਮਿਲ ਰਿਹਾ, ਬਾਹਰੋਂ ਆ ਕੇ ਲੋਕੀ ਇੱਥੇ ਵੱਸ ਰਹੇ ਆ, ਪਰ ਸਾਡੇ ਪੰਜਾਬੀਆਂ ਦੇ ਲਈ ਜੀ ਉਹ ਰੋਜ਼ਗਾਰ ਨਹੀਂ ਹੈਗਾ। ਸਾਡੇ ਪੰਜਾਬੀ ਸਰਦਾਰ ਕਿੱਥੇ ਲੱਗੇ ਆ, ਵੱਡੇ ਵੱਡੀਆਂ ਮਤਲਬ ਕਿ ਬਿਲਡਿੰਗਾਂ ਦੇ ਵਿੱਚ ਸਿਕਿਉਰਿਟੀ ਗਾਰਡ ਲੱਗੇ ਆ ਜੀ, ਉਹ ਕੰਮ ਇਹਨਾਂ ਨੂੰ ਮਿਲ ਰਿਹਾ, ਤੇ ਬਾਕੀ ਜਿਹੜੇ ਅੰਦਰ ਪਕਵਾਨ ਬਣਾ ਰਹੇ ਉੱਥੇ ਸਾਰਾ ਬਾਹਰਲਾ ਪ੍ਰਵਾਸੀ ਉੱਥੇ ਕੰਮ ਕਰ ਰਿਹਾ, ਤੇ ਆਪਾਂ ਨੂੰ ਉਹ ਮਤਲਬ ਰਿਸਪੈਕਟ ਇੱਥੇ ਨਹੀਂ ਮਿਲ ਰਹੀ ਆਪਣੇ ਪੰਜਾਬੀਆਂ ਨੂੰ, ਤੇ ਨਾ ਹੀ ਉਸ ਹਿਸਾਬ ਨਾਲ ਉਹਨਾਂ ਨੂੰ ਮਤਲਬ ਜਿਹੜੀ ਤਨਖਾਹ ਮਿਲਦੀ ਹੈ ਕਿ ਜਿਹੜਾ ਉਹ ਆਪਣੇ ਘਰ ਦਾ ਖਰਚਾ ਚਲਾ ਸਕਣ। ਹੁਣ ਇੱਕ ਵਾਰੀ ਮੈਂ ਫੇਸਬੁੱਕ 'ਤੇ ਕੋਈ ਕਮੈਂਟ ਪਾਇਆ ਸੀ ਜੀ, ਅਤੇ ਉੱਥੇ ਕਿਹਾ ਸੀ ਕਿ ਮੈਨੂੰ ਦੋ ਮੱਝਾਂ ਅਤੇ ਨਾਲ ਘਰ ਦੀ ਸਫਾਈ ਗੋਹਾ ਟੱਕਰ ਚੱਕਣ ਲਈ ਮੈਨੂੰ 9000 'ਚ ਬੰਦਾ ਪੰਜਾਬੀ ਦੇ ਦਿਓ, ਕਿ ਦੇਖੋ ਜੇ ਤੁਸੀਂ ਸਾਰਾ ਆਪਣਾ ਕੰਮ ਕਾਰ ਛੱਡ ਕੇ ਕਿੱਦਾਂ ਤੁਸੀਂ 9000 'ਚ ਬੰਦਾ ਕਿੱਦਾਂ ਗੁਜ਼ਾਰਾ ਕਰੂਗਾ, ਅਤੇ ਇਹ ਜੇ ਪ੍ਰਵਾਸੀ ਨਾਲ ਕੰਪੇਅਰ ਕਰੋ ਫਿਰ ਪ੍ਰਵਾਸੀ ਨੂੰ ਰੱਖਦੇ ਅਤੇ ਉਹਦੇ ਕੰਪੇਅਰ 'ਚ ਕਹਿ ਰਹੇ ਕਿ ਪੰਜਾਬੀ ਨੂੰ ਹੀ 9000 ਰੁਪਇਆ ਦਿੱਤਾ ਜਾਊਗਾ ਅਤੇ ਆਪਾਂ ਪੰਜਾਬੀ ਫਿਰ ਘਰ ਦਾ ਆਪਾਂ ਕਿੱਦਾਂ ਚਲਾਵਾਂਗੇ ਖਰਚੇ, ਅਤੇ ਲੋਕੀ ਮਤਲਬ ਕਿ ਇੱਦਾਂ ਇੱਕ ਦੂਜੇ ਨੂੰ ਉਹ ਕੰਪੇਅਰ ਕਰਦੇ ਆ ਕਿ ਇਹ ਪ੍ਰਵਾਸੀ ਸਾਨੂੰ ਸਸਤੇ ਪੈਂਦੇ ਆ ਅਤੇ ਪੰਜਾਬੀਆਂ ਨੂੰ ਸਪੋਰਟ ਨਹੀਂ ਦਿੰਦੇ ਜੀ। ਅਸੀਂ ਤਾਂ ਕਹਿੰਦੇ ਹਾਂ ਕਿ ਚੱਲ ਫੇਕ ਜੇ ਕੋਈ ਪੰਜਾਬੀ ਭਰਾ 5 ਰੁਪਏ ਵੱਧ ਲੈਣ ਡਿਆ, ਲੈਣ ਡਿਆ ਆਪਣਾ ਪੰਜਾਬੀ ਰਿਹਾ ਨਾ ਚਾਹੇ ਕਿਸੇ ਧਰਮ ਦਾ ਆ, ਕਿਉਂ ਨਹੀਂ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਉਹਨਾਂ ਦਾ ਬਿਜ਼ਨਸ 'ਚ ਵਾਧਾ ਦਿੱਤਾ ਜਾਂਦਾ, ਕਿਉਂ ਨਹੀਂ ਅਸੀਂ ਬਾਈਕਾਟ ਕਰਦੇ ਦੂਜਿਆਂ ਦਾ। ਜੀ ਜੀ, ਪਰ ਪਤਾ ਕੀ ਹੈ, ਬਹੁਤੇ ਲੋਕ ਕਹਿੰਦੇ ਇੱਥੇ ਆ ਕੇ ਗੁੰਡਾ ਕਰਦੇ ਵੀ ਕਿਸੇ ਕੁਛ ਸਮਾਂ ਪਹਿਲਾਂ ਹੈ ਨਾ, ਵੀਡੀਓਜ਼ ਬਹੁਤ ਵਾਇਰਲ ਹੁੰਦੀਆਂ ਨਾ, ਪ੍ਰਵਾਸੀ ਲੋਕ ਆ ਕੇ ਇੱਥੇ ਪੰਜਾਬੀਆਂ 'ਤੇ ਹੱਲਾ ਬੋਲਦੇ ਨੇ, ਥੱਪੜ ਤੱਕ ਮਾਰ ਦਿੱਤੇ ਜਾਂਦੇ ਨੇ, ਉਸ ਚੀਜ਼ ਨੂੰ ਫਿਰ ਤੁਹਾਡਾ ਨਜ਼ਰੀਆ ਕੀ ਕਹਿੰਦਾ ਜੀ? ਬਹੁਤ ਵੇਖਿਆ ਜੀ, ਇਹ ਤਾਂ ਆ ਕੇ ਇੱਥੇ ਖੁੱਲ੍ਹੀ ਗੁੰਡਾਗਰਦੀ ਕਰਦੇ ਜੀ, ਬਦਮਾਸ਼ੀ ਖੋਲ੍ਹੇ ਕਰਦੇ, ਇਕੱਠੇ ਹੋ ਕੇ ਪੈਂਦੇ ਆ ਝੁੰਡ 'ਚ ਪੈਂਦੇ ਜੀ ਇਹ ਬੰਦੇ ਪੰਜਾਬੀਆਂ ਨੂੰ ਪੰਗਾ ਲਾ ਦਿੰਦੇ, ਮੁੜ ਕੇ ਸਾਡੇ ਸਰਦਾਰਾਂ ਦੀ ਕੋਈ ਸੁਣਵਾਈ ਨਹੀਂ, ਕਿ ਜੇ ਕੋਈ ਉਲਚਾ ਨੀਵਾਂ ਹੋ ਜਾਂਦਾ ਕੋਈ ਮਤਲਬ ਕੋਈ ਪੰਜਾਬੀ ਫਿਰ ਕਿਸੇ ਨੂੰ ਫੈਂਟ ਦਿੰਦਾ ਜਾਂ ਕੋਈ ਮਾਰ ਸੱਟ ਦਿੰਦਾ ਤਾਂ ਝੱਟ ਉਹਨਾਂ ਦੇ ਪੱਚੇ ਹੋ ਜਾਂਦੇ ਆ। ਇੱਥੇ ਜਦੋਂ ਤੁਸੀਂ ਆਏ ਸੀ ਪਹਿਲੇ ਦਿਨ ਤੁਹਾਨੂੰ ਨਹੀਂ ਕਹਿੰਦੇ ਵੀ ਬਾਬੂ ਜੀ ਹਮੇ ਲਗਾਨੇ ਦੋ ਜਾਂ ਹਮਨੇ ਯਹਾਂ ਪੇ ਕਾਮ ਕਰਨਾ ਹੈ, ਗੱਲਬਾਤ ਹੋਈ ਪਹਿਲਾਂ ਕੋਈ? ਨਹੀਂ, ਮੈਨੂੰ ਇੱਦਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ। ਅੱਛਾ ਜੀ, ਹਾਂਜੀ, ਅੱਛਾ ਜੀ, ਇੱਥੇ ਕੋਈ ਮਨਾਹੀ ਨਹੀਂ ਹੋਈ ਵੀ ਆ ਕੇ ਜ਼ਿਆਦਾਤਰ, ਕਿਉਂਕਿ ਆਲੇ ਦੁਆਲੇ ਜੇ ਦੇਖਿਆ ਜਾਏ ਪ੍ਰਵਾਸੀ ਜਦੋਂ ਹੈ ਨਾ ਕਿਸੇ ਅੱਡੇ 'ਤੇ ਪੰਜਾਬੀ ਆ ਕੇ ਕੰਮ ਕਰਦਾ ਫਿਰ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਕਿਸੇ ਨਾ ਕਿਸੇ ਤਰੀਕੇ। ਮੈਂ ਜਿਹੜੇ ਪੁਰਾਣੇ ਥਾਂ 'ਤੇ ਜਿੱਥੇ ਕੰਮ ਕਰਦਾ ਸੀ ਨਾ ਜੀ, ਅਤੇ ਉੱਥੇ ਭਾਈ ਸਾਹਿਬ ਮੈਨੂੰ ਕੁਛ ਸਾਹਮਣੇ ਜਿਹੜੇ ਘਰ ਵਾਲੇ ਸੀ ਉਹ ਇਤਰਾਜ਼ ਕਰਦੇ ਕਿ ਸਰਦਾਰ ਭਰਾ ਕਿੱਦਾਂ ਕੰਮ ਕਰਦਾ ਪਿਆ ਹੈ ਨਾ, ਉਹਨਾਂ ਨੂੰ ਕੁਛ ਮੰਨੋ ਇੱਦਾਂ ਹੀ, ਤਾਂ ਮੈਨੂੰ ਉਹਨਾਂ ਨੇ ਚੁਕਾ ਦਿੱਤਾ ਸੀ ਕਿ ਤੈਨੂੰ ਇੱਥੋਂ ਕੰਮ ਨਹੀਂ ਕਰਨ ਦੇਣਾ। ਅੱਛਾ ਅੱਛਾ ਜੀ, ਮਤਲਬ ਪੰਜਾਬੀ ਪੰਜਾਬੀ ਜੀ, ਤੇ ਉਹ ਵਾਹਿਗੁਰੂ ਦੀ ਕਿਰਪਾ, ਤੁਹਾਨੂੰ ਪਤਾ ਜੇ ਵਾਹਿਗੁਰੂ ਧੱਕਾ ਲਾਉਂਦਾ ਇਸ ਲਈ ਨਹੀਂ ਲਾਉਂਦਾ ਕਿ ਤੈਨੂੰ ਥੱਲੇ ਸੁੱਟਣਾ ਆ, ਉਹਨਾਂ ਨੇ ਮੈਨੂੰ ਧੱਕਾ ਇਸ ਲਈ ਲਾਇਆ ਕਿ ਤੂੰ ਤੈਨੂੰ ਚੱਲ ਪਾ ਹਨਾ, ਤੇ ਮੈਨੂੰ ਆਹ ਵਧੀਆ ਜਗ੍ਹਾ ਮਿਲ ਗਈ ਆ, ਕਿਰਪਾ ਬਾਬੇ ਦੀ ਆ, ਪਿੱਛੋਂ ਪਲਾਟ ਵਾਲਿਆਂ ਦੀ ਕਿਰਪਾ ਆ ਜਿਨ੍ਹਾਂ ਨੂੰ ਇੱਥੇ ਕੰਮ ਲਾਉਣ ਨੂੰ ਦਿੱਤਾ, ਤਾਂ ਉਦੋਂ ਦੀ ਮਿਹਰ ਹੈਗੀ ਹੈ ਤੇ ਅਸੀਂ ਬੱਲੇ ਬੱਲੇ ਆ ਜੀ ਸਾਡੀ। ਜਿਹੜੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ, ਮੰਨ ਲਓ ਬਾਹਰ ਜਾ ਰਹੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਸ਼ਰਮ ਇਸ ਕੰਮ 'ਚ ਮਹਿਸੂਸ ਕਰਦੇ ਨੇ ਹਰ ਕਿਸੇ ਨੌਜਵਾਨ ਨੂੰ, ਜੇ ਕਹਿ ਦਈਏ ਤੂੰ ਰੇੜੀ ਲਾਉਣੀ ਭਾਈ, ਉਹ ਸ਼ਰਮ ਮਹਿਸੂਸ, ਤੁਸੀਂ ਪਹਿਲਾਂ ਤਾਂ ਖੈਰ ਤੁਸੀਂ ਵੀ ਸ਼ਾਇਦ ਕੀਤੀ ਹੋਵੇ ਇਸ ਤਰ੍ਹਾਂ ਦੀ ਸ਼ਰਮ ਮਹਿਸੂਸ, ਫਿਰ ਉਹ ਨੌਜਵਾਨਾਂ ਨੂੰ ਵਿਦੇਸ਼ਾਂ ਤੋਂ ਜਾਣ ਵਾਸਤੇ ਕਿਵੇਂ ਰੋਕਿਆ ਜਾ ਸਕਦਾ ਜੀ? ਨਹੀਂ ਜੀ, ਮੈਂ ਤਾਂ ਬਿਲਕੁਲ ਨਹੀਂ ਸ਼ਰਮ ਕੀਤੀ ਜੀ। ਅੱਛਾ ਜੀ, ਮੈਂ ਤੁਹਾਨੂੰ ਦੱਸਿਆ ਕਿ ਮੈਨੂੰ 2 ਦਿਨ ਬੰਦੇ ਨੇ ਕੰਮ ਦੱਸਿਆ। ਅੱਛਾ ਜੀ, 2 ਦਿਨ ਵੀ ਜੀ ਉਹੀ ਧੱਕਾ ਉਹਨੇ ਮੈਨੂੰ ਹੀ ਲਵਾਇਆ ਰੇੜੀ ਤੋਂ ਕਿ ਤੂੰ ਲਾ ਤੇ ਤੇਰੀ ਸ਼ਰਮ ਲੱਥੇ, ਤੇਰੇ ਮਤਲਬ ਮਨ ਦਾ ਖੌਫ ਨਿਕਲੇ। ਮੈਨੂੰ ਤਾਂ ਜੀ ਕੋਈ ਸ਼ਰਮ ਨਹੀਂ, ਮਤਲਬ ਕੰਮ ਬਹੁਤ ਵਧੀਆ ਕੰਮ ਹੈ ਜੀ ਕਰਨ ਵਾਲਾ। ਨਾਲੇ ਮੈਂ ਦੱਸਦਾ ਕਿ ਜਿਹੜੇ ਬੰਦੇ ਯੂਕੋ ਜਾਂਦੇ ਆਪਣਾ ਦੁਬਈ ਵਗੈਰਾ ਜਾਂਦੇ ਆ, ਹੋਰ ਪਾਸੇ ਜਾਂਦੇ ਆ, ਉੱਥੇ ਵੀ 30-35 ਹਜ਼ਾਰ ਜੇ ਲੈਂਦੇ ਆ, 10 ਹਜ਼ਾਰ ਉੱਥੇ ਖਰਚਾ ਕਰਕੇ 20 ਹਜ਼ਾਰ ਘਰੇ ਭੇਜਦੇ ਆ ਹਨਾ, ਘਰਦਿਆਂ ਤੋਂ ਵੱਖ ਰਹਿ ਕੇ ਇਸ ਤੋਂ ਵੱਧ ਇੱਥੇ ਕਮਾਇਆ ਜਾ ਸਕਦਾ ਜੀ। ਪਰ ਫਿਰ ਰੁਕਦੇ ਕਿਉਂ ਨਹੀਂ ਨੌਜਵਾਨ, ਰੁਕਦੇ ਕਿਉਂ ਨਹੀਂ ਵਿਦੇਸ਼ਾਂ ਵੱਲ ਜਾਣ ਤੋਂ? ਇੱਕ ਮਨ 'ਚ ਜਿੱਦਾਂ ਹੁਣ ਤੁਸੀਂ ਇਹ ਐਡਵਰਟਾਈਜ਼ ਦਾ ਚੱਕਰ ਆ ਜੀ, ਜੇ ਤੁਸੀਂ ਫੇਸਬੁੱਕ ਤੇ ਤੁਹਾਡੇ ਬਾਰ ਬਾਰ ਐਡਵਰਟਾਈਜ਼ ਆ ਰਹੀ ਕਿਸੇ ਫੋਨ ਦੀ, ਉਹ ਤੁਹਾਡੇ ਮਨ 'ਚ ਲਾਲਚ ਆ ਜਾਣਾ ਵੀ ਯਾਰ ਮੈਂ ਦੇਖਾਂ ਇਹ ਲੈ ਲਵਾਂ, ਮੈਂ ਉਹ ਲੈ ਲਵਾਂ, ਮੈਂ ਉਹ ਲੈ ਲਵਾਂ। ਅੱਜ ਕੱਲ੍ਹ ਦੀ ਫਲਿੱਪਕਾਰਟ ਐਮਾਜ਼ੋਨ ਕੀ ਕਰਦੇ ਨੇ, ਸੇਲਾਂ ਲਾਉਂਦੇ ਲੋਕਾਂ ਨੂੰ ਪਰਚਾਉਂਦੀਆਂ ਆ ਕਿ ਤੁਸੀਂ ਆਹ ਨਵੀਂ ਚੀਜ਼ ਲੈ ਲਓ, ਉਹ ਲੈ ਲਓ। ਇਸ ਲਈ ਥਾਂ ਥਾਂ ਦੇ ਵਿਦੇਸ਼ ਜਾਣ ਦੇ ਬੋਰਡ ਲੱਗੇ ਆ, ਆਈਲੈਂਡਸ ਦੇ ਉਹ ਸਿਸਟਮ ਲੱਗਿਆ ਹੋਇਆ ਸਾਰਾ, ਕਿ ਜੋ ਕਿ ਆਪਣੀ ਨੌਜਵਾਨੀ ਨੂੰ ਕਹਿੰਦੇ ਕਿ ਅਸੀਂ ਬਾਹਰ ਜਾ ਕੇ ਕੰਮ ਕਰਨਾ, ਉੱਥੇ ਉਹਨੂੰ ਧੱਕਿਆ ਜਾ ਰਿਹਾ ਕਿ ਪੰਜਾਬੀ 'ਚ ਨੌਜਵਾਨ ਜਿਹੜੇ ਇੱਥੇ ਖਤਮ ਹੋਣ ਅਤੇ ਆਪਾਂ ਇੱਥੇ ਪ੍ਰਵਾਸੀ ਆਉਣ। ਕਹਿਣ ਦਾ ਭਾਵ ਸੋਸ਼ਲ ਮੀਡੀਆ ਵੱਡਾ ਜ਼ਿੰਮੇਵਾਰੀ ਹੈਗੀ ਹੈ ਨਾ, ਬਹੁਤ ਜ਼ਿੰਮੇਵਾਰੀ ਮੀਡੀਆ 'ਚ ਬਿਲਕੁਲ ਜੀ ਜ਼ਿੰਮੇਵਾਰੀ ਹੈ ਜੀ। ਹੁਣ ਉਹ ਕਈ ਪਿੱਛੋਂ ਜੀ ਨਿਊਜ਼ ਵੇਖੀਆਂ ਸੀ ਕਿ ਜਿਹੜੇ ਬਿਹਾਰ 'ਚ ਜਾਂ ਹੋਰ ਕਈ ਸਟੇਟਾਂ 'ਚ ਰੇਲਵੇ ਸਟੇਸ਼ਨਾਂ 'ਤੇ ਬੋਰਡ ਲੱਗੇ ਆ ਕਿ ਕਿਸੇ ਨੇ ਆਹ ਅਫਸਰ ਬਣਨਾ ਆ, ਕਿਸੇ ਨੇ ਉਹ ਅਫਸਰ ਬਣਾ, ਉਹ ਲੱਗਿਆ ਕਿ ਉਹਦੀ ਟ੍ਰੇਨਿੰਗ ਆ ਲਓ, ਅਤੇ ਆਪਣੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਇਹ ਵਾਲੇ ਬੋਰਡ ਲੱਗੇ, ਆਈਲੈਟਸ ਕਰੋ ਕੈਨੇਡਾ ਜਾਓ, ਆਈਲੈਟਸ ਕਰੋ ਬਿਨਾਂ ਬੈਂਡ ਤੋਂ ਉੱਥੇ ਜਾਓ। ਕੁਛ ਸਮਾਂ ਪਹਿਲਾਂ ਇੱਕ ਵੀਡੀਓ ਵੀ ਵਾਇਰਲ ਹੋਈ ਸੀਗੀ ਬੱਸ ਅੱਡਿਆਂ ਦੇ ਜਿਹੜੇ ਹੈ ਨਾ ਸਟੇਸ਼ਨ ਦੇ ਨਾਂ ਲਿਖਣ ਦੀ
ਆਪਣੀ ਮਾਂ ਬੋਲੀ ਪੰਜਾਬੀ ਹੈ, ਪੰਜਾਬ ਨਾਲ ਆਪਾਂ ਨੂੰ ਪਿਆਰ ਹੈ ਤੇ ਹਰ ਇੱਕ ਨੂੰ ਆਪਣਾ ਇਹੀ ਸੋਚਣਾ ਚਾਹੀਦਾ, ਚਾਹੇ ਕਿਸੇ ਵੀ ਧਰਮ ਦਾ ਹੋਵੇ, ਹਨਾ ਪੰਜਾਬੀ ਨੂੰ ਪਹਿਲ ਦੇ ਕੇ ਤੇ ਆਪਣੇ ਪੰਜਾਬੀ ਜਿਹੜੇ ਲੋਕ ਹੈਗੇ ਆ ਉਹਨਾਂ ਦਾ ਸਾਥ ਦੇ ਕੇ ਉਹਨਾਂ ਦਾ ਕਾਰੋਬਾਰ ਵਧਾਉਣਾ ਚਾਹੀਦਾ ਆ। ਇਹ ਪ੍ਰਵਾਸੀਆਂ ਦਾ ਦਬਦਬਾ ਵੀ ਕਹਿੰਦੇ ਹੈ ਨਾ ਬਹੁਤ ਜ਼ਿਆਦਾ ਪੈ ਰਿਹਾ ਹੈ ਜ਼ਿਆਦਾਤਰ ਰੇਹੜੀ ਫੜੀ ਵਾਲਿਆਂ ਤੇ ਜੀ, ਕਿਉਂਕਿ ਮੈਜੋਰਟੀ ਜ਼ਿਆਦਾ ਉਹਨਾਂ ਦੀ ਹੈ, ਇਕੱਤਰਤਾ ਉਹਨਾਂ ਦੀ ਹੈ, ਫਿਰ ਉਸ ਇਕੱਤਰਤਾ ਨੂੰ ਰੋਕਣ ਵਾਸਤੇ ਜਾਂ ਉਹ ਜਿਹੜਾ ਦਬਾਅ ਪਾਇਆ ਜਾ ਰਿਹਾ ਉਹਦੇ ਵਾਸਤੇ ਫਿਰ ਕੀ ਰਣਨੀਤੀ ਲਿਖਣੀ ਚਾਹੀਦੀ ਹੈ? ਇਹੀ ਹੈ ਜੀ ਕਿ ਉਹਨਾਂ ਦਾ ਕਰੋ ਬਾਈਕਾਟ, ਆਪਣੇ ਪੰਜਾਬੀ ਭਰਾਵਾਂ ਕੋਲ ਜਾਓ ਜਿਹੜਾ ਕੰਮ ਕਰਦੇ ਹਨਾ, ਤੁਸੀਂ ਕੋਈ ਕੰਮ ਕਰਨਾ ਤੁਸੀਂ ਆਟੋ 'ਚ ਬਹਿਣਾ ਤੁਸੀਂ ਪੰਜਾਬੀ ਦੇ ਬੈਠੋ ਹਨਾ, ਤੁਸੀਂ ਫਾਸਟ ਫੂਡ ਜਾਣਾ ਆਪਣਾ ਪੰਜਾਬੀ ਕਹੋ ਉਹਨਾਂ ਨੂੰ ਬਾਈਕਾਟ ਕਰੋ, ਆਪੇ ਜਦੋਂ ਉਹਨਾਂ ਨੂੰ ਤੰਗੀ ਹੋਊਗੀ ਤਾਂ ਆਪੇ ਭੜਕਣਗੇ, ਮਤਲਬ ਸਪੋਰਟ ਆਪਣੇ ਪੰਜਾਬੀਆਂ ਦੀ ਕੀਤੀ ਜਾਵੇ। ਕਈ ਜਿਹੜੇ ਪੰਜਾਬੀ ਆਪਣੇ ਪੰਜਾਬੀਆਂ ਦੀਆਂ ਵੀ ਲੱਤਾਂ ਖਿੱਚਦੇ ਨੇ ਜੀ, ਜੀ ਉਹਨਾਂ ਨੂੰ ਉਹਨਾਂ ਵਾਸਤੇ ਸਾਡੇ ਕੋਲ ਕੋਈ ਜਵਾਬ ਨਹੀਂ, ਜਿਹੜੇ ਤੁਹਾਨੂੰ ਪਤਾ ਫਿਰ ਜਿਹੜਾ ਜੇ ਉਹੀ ਕਹਿੰਦੇ ਆ ਕਿਹੜੀ ਕਹਾਵਤ ਹੈ ਜੀ, ਜੇ ਸਿੱਖ ਨੂੰ ਸਿੱਖ ਮਾਰੇ ਤਾਂ ਕਾਹਨੂੰ, ਮਤਲਬ ਹੈਗੀ ਨਾ ਇੱਕ ਕਹਾਣੀ ਜਿਹੜੀ ਏਦਾਂ ਦੀ ਹੈਗੀ ਆ ਕਿ ਆਪਾਂ ਫਿਰ ਆਪਣਾ ਕੌਮ ਕਿੱਦਾਂ ਹਾਰੇ ਹਨਾ, ਤੇ ਉਹ ਸਾਨੂੰ ਵੈਰੀ ਤੋਂ ਖਤਰਾ ਨਹੀਂ, ਡਰ ਲੱਗਦਾ ਆ, ਡਰ ਲੱਗਦਾ ਆਪਣੇ ਯਾਰਾਂ ਤੋਂ ਹਨਾ ਜੀ। ਉਹੀ ਗੱਲ ਆ ਕਿ ਮਤਲਬ ਭਾਈ ਸਾਹਿਬ ਲੱਤਾਂ ਖਿੱਚਣ ਵਾਲੇ ਵੀ ਅੱਗੇ ਹੀ ਹੋਣਗੇ, ਉਹ ਵੀ ਪੰਜਾਬੀ ਹੁੰਦੇ ਆ। ਅੱਛਾ ਜੀ, ਜੀ ਬਿਲਕੁਲ। ਤਾਂ ਜਦੋਂ ਪਹਿਲੇ ਦਿਨ ਤੁਸੀਂ ਆਏ ਸੀਗੇ ਇੱਥੇ ਜੀ, ਕੀ ਰਿਐਕਸ਼ਨ ਸੀਗਾ? ਫੈਮਿਲੀ ਨਾਲ ਗੱਲ ਕੀਤੀ ਸੀ ਵੀ ਮੈਂ ਭਾਈ ਬਾਹਰੋਂ ਆ ਕੇ ਇੱਥੇ ਰੇਹੜੀ ਲਾਉਣੀ ਆ, ਫਿਰ ਪਰਿਵਾਰ ਦੇ ਵਿੱਚ ਕੀ ਕਹਿਣਾ ਸੀਗਾ ਜਾਂ ਕੀ ਰਿਐਕਸ਼ਨ ਸੀਗਾ ਫੈਮਿਲੀ ਮੈਂਬਰਸ ਦਾ? ਫੈਮਿਲੀ ਮੈਂਬਰ ਦਾ ਚਲੋ ਠੀਕ ਸੀਗਾ, ਕੋਈ ਰਿਐਕਸ਼ਨ ਨਹੀਂ, ਪਰ ਕਈ ਜਿਹੜੇ ਮੇਰੇ ਫਰੈਂਡ ਸੀਗੇ ਵਧੀਆ ਘਰਬਾਰ ਮੇਰਾ ਵੀ ਚਲੋ ਵਧੀਆ, ਬਾਬੇ ਦੀ ਕਿਰਪਾ ਸਾਰੀ ਹਨਾ, ਤੇ ਉਹ ਕਹਿੰਦੇ ਹੁਣ ਇਹ ਕੰਮ ਕਰੇਗਾ, ਮੈਂ ਕਿਹਾ ਭਾਈ ਸਾਹਿਬ ਮੈਨੂੰ ਕੋਈ ਨੌਕਰੀ ਦੇ ਦਿਓ ਜੇ ਤਾਂ ਮੈਨੂੰ 30-35 ਹਜ਼ਾਰ ਰੁਪਇਆ ਆਉਂਦਾ ਹੋਵੇ, ਤੇ ਫਿਰ ਜਦੋਂ ਦੇਖਦਾ ਆ ਕਿ ਬੰਦੇ ਨੇ ਆਪਣਾ ਵਧੀਆ ਮਾਹੌਲ ਬਣਾ ਲਿਆ, ਵਧੀਆ ਕਸਟਮਰ ਜੋੜ ਗਿਆ, ਪੈਸੇ ਕਮਾਉਣ ਲੱਗਾ, ਫਿਰ ਅਗਲੇ ਨੂੰ ਵੀ ਲੱਗਿਆ ਪ੍ਰਾਊਡ ਹੁੰਦਾ ਆ ਕਿ ਯਾਰ ਚੱਲ ਆਪਣਾ ਭਰਾ ਕੰਮ ਕਰ ਰਿਹਾ, ਵਧੀਆ ਕਮਾਈ ਕਰ ਰਿਹਾ, ਕਿਸੇ ਦੀ ਨੌਕਰੀ ਨਹੀਂ ਲੱਗਿਆ, ਇੰਡੀਵਿਜੁਅਲ ਆਪਣਾ ਕੰਮ ਬਿਜ਼ਨਸ ਆ, ਜਦੋਂ ਮਰਜ਼ੀ ਆਏ ਜਾਏ ਬੰਦਾ, ਕਿਸੇ ਦੀ ਰੋਕ ਟੋਕ ਨਹੀਂ। ਤੇ ਜੇ ਆਪਾਂ ਤੁਹਾਡੀ ਗੱਲ ਕਰ ਲਈਏ ਵੀ ਤੁਸੀਂ ਅਮਰੀਕਾ ਦੀ ਫੌਜ ਨੂੰ ਖਾਣਾ ਬਣਾ ਕੇ ਖਿਲਾਇਆ ਸੀਗਾ, ਉੱਥੇ ਫਿਰ ਅਮਰੀਕਾ ਦੇ ਫੌਜੀ ਕੀ ਕੀ ਪਸੰਦ ਕਰਦੇ ਸੀਗੇ ਤੁਹਾਡੇ ਹੱਥ ਦਾ ਜੀ? ਸਾਡਾ ਕੰਮ ਸੀਗਾ ਸਰਵਿੰਗ ਦਾ, ਅਸੀਂ ਫੂਡ ਸਰਵ ਕਰਦੇ ਸੀ। ਅੱਛਾ, ਸਰਵਿਸ ਦਿੰਦੇ ਸੀ? ਹਾਂ, ਸਰਵਿਸ ਦਿੰਦੇ ਸੀ, ਤੇ ਜੇ ਸ਼ੈਫ ਸੀ ਉਹ ਅੰਦਰ ਉਹ ਕਿਚਨ ਦਾ ਕੰਮ ਉਹਨਾਂ ਦਾ ਸੀ, ਅਸੀਂ ਸਿਰਫ ਸਾਨੂੰ ਦੱਸਿਆ ਹੁੰਦਾ ਸੀ ਕਿ ਤੁਸੀਂ ਜਿੰਨਾ ਵੀ ਗੱਲ ਕਰਨੀ ਸਮਾਈਲ ਨਾਲ ਗੱਲ ਕਰਨੀ, ਸਮਾਈਲ ਤੋਂ ਬਿਨਾਂ ਇੱਕ ਵਰਡ ਨਹੀਂ ਤੁਸੀਂ ਬੋਲਣਾ। ਅੱਛਾ, ਤੇ ਸ਼ੁਰੂ ਤੋਂ ਹੀ ਯਾਦ ਰਹੇ ਹੱਲ, ਹੁਣ ਵੀ ਜੇ ਫੂਡ ਸਰਵ ਕਰਦੇ ਸਾਡਾ ਪਿਆਰ ਪੂਰਾ, ਮਤਲਬ ਫੂਡ ਦੇ ਵਿੱਚ, ਮਤਲਬ ਜਦ ਆਪਾਂ ਫੂਡ ਹੀ ਪ੍ਰਪੇਅਰ ਕਰਦੇ ਆ ਨਾ, ਉਹ ਜੇ ਖੁਸ਼ੀ ਨਾਲ ਪ੍ਰਪੇਅਰ ਕਰਾਂਗੇ ਤਾਂ ਚੀਜ਼ ਵਧੀਆ ਹੁੰਦੀ ਆ, ਅਗਲੇ ਨੂੰ ਵੀ ਪਸੰਦ ਆਉਂਦੀ ਹੈ, ਮਨ ਪਾਉਂਦੀ ਆ। ਤੇ ਬਾਹਰ ਵੀ ਆਈ ਸੀ, ਮਤਲਬ ਵੱਡੇ ਤੋਂ ਵੱਡਾ ਜਿਹੜਾ ਅਫਸਰ ਵੀ ਸੀਗਾ ਹਨਾ, ਕੋਈ 5-star ਜਿਹੜਾ ਹੁੰਦਾ ਜਾਂ ਉਸ ਤੋਂ ਵੀ ਵੱਡਾ ਕਰਨਲ ਜਾਂ ਉਸ ਤੋਂ ਵੀ ਵੱਡਾ ਹੁੰਦਾ, ਉਹ ਵੀ ਇੱਕ ਲਾਈਨ ਜਾ ਕੇ ਸਾਡੇ ਕੋਲ ਫੂਡ ਲੈਂਦਾ ਸੀ। ਅੱਛਾ, ਤੁਸੀਂ ਫੇਸ ਫੇਸ ਦੀ ਸਮਾਈਲ ਤੋਂ ਇਲਾਵਾ ਆਪਣੇ ਖਾਣੇ ਪਕਵਾਨ ਚ ਵੀ ਮਿਠਾਸ ਭਰ ਕੇ ਦਿੰਦੇ ਹੋ ਜੀ? ਜੀ ਜੀ ਜੀ, ਆਹ ਮੈਂ ਤੁਹਾਨੂੰ ਆਪਣੀ ਨਾ ਪੁਰਾਣੀ ਫੋਟੋ ਇੱਕ ਮਿੰਟ ਦਿਖਾਣਾ ਤੁਹਾਨੂੰ ਜੀ ਜੀ, ਇਰਾਕ ਦੀਆਂ। ਅੱਛਾ ਜੀ, ਮਤਲਬ ਉੱਥੇ ਜੀ ਤੁਹਾਨੂੰ ਮੈਂ ਕਹਿ ਰਿਹਾ ਕਿ ਸਮਾਈਲ ਤੋਂ ਬਿਨਾਂ ਕੁਛ ਵੀ ਨਹੀਂ। ਅੱਛਾ ਜੀ, ਇੱਥੇ ਵੀ ਫਿਰ ਮਿਠਾਸ ਹੀ ਭਰ ਕੇ ਦੇ ਰਹੇ ਹੋ, ਜਿਵੇਂ ਤੁਸੀਂ ਦੱਸ ਰਹੇ ਹੋ ਨਾ ਪਿਆਰ ਮਿਲ ਰਿਹਾ ਪੰਜਾਬੀਆਂ ਦਾ ਬਹੁਤ ਜ਼ਿਆਦਾ। ਬਹੁਤ ਪਿਆਰ ਹੈ ਜੀ ਇੱਥੇ, ਬਹੁਤ ਪਿਆਰ ਹੈ ਜੀ। ਆਹ ਦੇਖੋ ਜੀ, ਮੈਂ ਮਤਲਬ ਦੱਸਦਾ ਆਪਣੀ ਪੁਰਾਣੀ ਫੋਟੋ ਆ, ਸਾਡੇ ਆਫਿਸ ਦੇ ਆ ਨਾਲ ਮੈਡਮ ਸੀ। ਅੱਛਾ, ਮੈਮ ਸੀਗੇ ਆ? ਮੈਮ ਸੀਗੇ, ਹਾਂ, ਮੇਰੀ ਕਟਿੰਗ ਹੁੰਦੀ ਸੀ ਜੀ, ਆਈ ਕਾਰਡ ਲੱਗੇ, ਬਿਨਾਂ ਆਈ ਕਾਰਡ ਤੋਂ ਅਸੀਂ ਉੱਥੇ ਘੁੰਮ ਫਿਰ ਨਹੀਂ ਸੀ ਸਕਦੇ। ਅੱਛਾ ਅੱਛਾ, ਇਹ ਗੁਰਸਿੱਖ ਬਾਣੀ ਦੇ ਵਿੱਚ ਫਿਰ ਇਹ ਕੋਈ ਕਿੱਦਾਂ ਮਨ ਮੇਰ ਹੋਈ ਜੀ ਤੁਹਾਡੇ? ਇਹ ਜੀ ਜਿੱਦਾਂ ਮੈਂ ਜੋਬ ਕਰਦਾ ਸੀਗਾ ਜੀ 2019 ਵਿੱਚ, ਵਾਈਟ ਹਾਊਸ ਪ੍ਰੋਪਰਟੀ ਸੀਗੀ ਤੇ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਸੀਗਾ ਜੀ ਇਹ ਨਾ ਮਾਡਲ ਟਾਊਨ ਜੀ। ਮੈਂ ਰੋਜ਼ ਪਹਿਲੇ ਜਾਣਾ ਤੇ ਉੱਥੇ ਜਾ ਕੇ ਪਹਿਲੇ ਆਫਿਸ ਖੋਲ ਕੇ ਗੁਰਦੁਆਰਾ ਸਾਹਿਬ ਜਾਣਾ ਜੀ, ਤੇ ਉੱਥੋਂ 5-6 ਮਹੀਨੇ ਲਗਾਤਾਰ ਜਾਂਦਿਆਂ ਨੂੰ ਤੇ ਮਨ ਚ ਵੀ ਆਪੇ ਆਇਆ ਕਿ ਮੈਨੂੰ ਹੁਣ ਇੱਧਰ ਆਪਣੇ ਆਟੋਮੈਟਿਕ ਜੀ ਮੈਨੂੰ ਆ ਗਿਆ, ਤੇ ਉਸ ਤੋਂ ਬਾਅਦ ਮੈਂ ਕੇਸ ਰੱਖ ਲਏ। ਅੱਛਾ ਜੀ, ਹਾਂਜੀ, 6 ਜੂਨ ਤੋਂ ਮੈਂ ਪੜਨਾ ਮਤਲਬ ਦਮਾਲਾ ਬੰਨਾ ਸ਼ੁਰੂ ਕਰ ਦਿੱਤਾ ਮੁੜ ਕੇ। ਅੱਛਾ ਜੀ, ਹਾਂ, ਤੇ ਉਹ ਰੱਬ ਵੱਲੋਂ ਹੀ ਹੋਇਆ ਜੀ, ਹੁਣ ਵੀ 6 ਜੂਨ ਨੇੜੇ ਹੀ ਆਉਣ ਵਾਲੀ ਆ ਨਾ ਕਈ ਸਾਲ। ਉਸ ਤੋਂ ਬਾਅਦ ਜੀ ਫਿਰ ਮੈਂ ਫਿਰ ਕਾਫੀ ਦੇਰ ਕਟਿੰਗ ਹੀ ਰਹਿੰਦਾ ਰਹੀ ਦਾੜੀ ਮੇਰੀ। ਅੱਛਾ ਜੀ, ਉਹ ਫਿਰ ਇਹ ਵੀ ਪਿਛਲੇ ਸਾਲ ਤੋਂ ਰੱਬ ਦੀ ਕਿਰਪਾ ਹੀ ਹੋਈ ਹੈ, ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਦਾੜੀ ਰੱਖ ਪਾਵਾਂਗਾ ਹੁਣ। ਅੱਛਾ ਜੀ, ਉਹ ਵਧੀਆ ਬਾਬੇ ਦੀ ਕਿਰਪਾ ਨਾਲ ਦਾੜਾ ਪ੍ਰਕਾਸ਼ ਪੂਰਾ ਹੈ ਜੀ। ਅੱਛਾ, ਫਰਕ ਕੋਈ ਮਹਿਸੂਸ ਹੁੰਦਾ ਹੈ ਪਹਿਲਾਂ ਵਾਲੇ ਜਿਹੜਾ ਪਹਿਰਾਵੇ 'ਚ ਔਰ ਅੱਜ ਦੇ ਪਹਿਰਾਵੇ ਦੇ ਵਿੱਚ ਕੋਈ ਫਰਕ ਹੈਗਾ ਜੀ? ਬਿਲਕੁਲ ਜੀ, ਉਹ ਦੂਰੋਂ ਜਿਹੜਾ ਵੀ ਇੱਥੋਂ ਜਾਂਦਾ ਸਤਿ ਸ਼੍ਰੀ ਅਕਾਲ ਬਾਬਾ ਜੀ, ਅਗਲੇ ਕੋਈ ਗੱਲ ਨਹੀਂ ਕਰਦਾ। ਅੱਛਾ ਜੀ, ਹਾਂਜੀ, ਮਾਣ ਮਹਿਸੂਸ ਹੁੰਦਾ ਹੋਊਗਾ ਜੀ? ਮਾਣ ਮਹਿਸੂਸ ਹੁੰਦਾ ਕਿ ਆਪਾਂ ਆਪਣੇ ਕੌਮ 'ਚ ਅਸੀਂ ਵਾਪਸ ਆਏ ਹਾਂ, ਆਪਣੇ ਸਿੱਖੀ 'ਚ ਅਸੀਂ ਵਾਪਸ ਆਏ ਹਾਂ ਜੀ। ਅੱਛਾ ਜੀ, ਜੀ ਨਹੀਂ, ਚਲੋ ਵਧੀਆ ਗੱਲ, ਜਦ ਤੱਕ ਲਈ ਤੁਸੀਂ ਆਰਡਰ ਵੀ ਦੇ ਦਿਓ। ਅਤੇ ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ, ਜਿੰਨੇ ਦਰਸ਼ਕ ਦੇਖ ਰਹੇ ਨੇ, ਦੋਸਤੋ ਤੁਹਾਨੂੰ ਲੋਕੇਸ਼ਨ ਵੀ ਇੱਕ ਵਾਰ ਜ਼ਰੂਰ ਦੱਸ ਦਈਏ ਕਿ ਜਲੰਧਰ ਦਾ ਕਿਊਰੋ ਮੋਲ ਹੈ, ਕਿਊਰੋ ਮੋਲ ਦੇ ਬਿਲਕੁਲ ਬਾਹਰ ਜਿਹੜੇ ਸਰਦਾਰ ਸਾਹਿਬ ਨੇ ਇਹ ਰੇਹੜੀ ਲਗਾ ਕੇ ਜਿਹੜਾ ਇਹ ਆਪਣਾ ਗੁਜ਼ਾਰਾ ਕਰ ਰਹੇ ਨੇ। ਤਾਂ ਖਾਸ ਤੌਰ 'ਤੇ ਇਹ ਗੱਲ ਵਾਰ ਵਾਰ ਮੈਂ ਤਾਂ ਕਹਿ ਰਿਹਾ ਹਾਂ ਕਿ ਜਿਹੜੇ ਬਹੁਤੇ ਨੌਜਵਾਨ ਇਸ ਵੀਡੀਓ
अपना काम कर रहे ने तां खास तौर ते पंजाबी जी खास तौर ते जिहड़े पंजाबी ने ओह इन्हां दी सपोर्ट कर रहे ने तां माण वाली गल भी है क्योंकि अपने पंजाबियों की भी सपोर्ट करनी चाहिए आ जेकर कोई पंजाबी इत्थे पंजाब दे विच ही रह के अपना कारोबार करना चाहुंदा है काम करना चाहुंदा है तो साडा फर्ज बनता है कि उस पंजाबी नू हौसला जरूर दईए और पंजाबी नू जिहड़ा उसके कोल जाइए जरूर क्योंकि खाना जरूर चाहिए है जेकर कोई पंजाबी अपना रेहड़ी लगाउंदा है पकवान बनाउंदा है तो जिहड़े सरदार साहब ने यह अमेरिका की आर्मी नू कुछ समा पहला जिहड़ा यह खाना परोस के दिंदे सी तो अज ये इत्थे पहुँच गए ने तो हुण ये कहिंदे असीं पंजाब नहीं छड्डणा किसी भी हालत दे विच ਭਾਈ ਸਾਹਿਬ ਹੁਣ ਪੰਜਾਬ ਦੇ ਨਾਲ ਇੰਨਾ ਮੋਹ ਪਿਆਰ ਹੋ ਗਿਆ ਜੀ ਪੰਜਾਬ ਨਹੀਂ ਛੱਡਣਾ ਹੁਣ ਜੀ ਨਹੀਂ ਜੀ ਪੰਜਾਬ ਨਹੀਂ ਛੱਡਣਾ ਮੈਂ ਤੁਹਾਨੂੰ ਦੱਸਦਾ ਕਿ ਯਾਦ ਰੱਖੋ ਪੰਜਾਬ ਤਾਂ ਹੀ ਛੱਡਣਾ ਨਹੀਂ ਜੀ ਪੰਜਾਬ ਨਾਲ ਇੰਨਾ ਪਿਆਰ ਆ ਕਿ ਸਾਡੀ ਗੱਡੀਆਂ ਦੇ ਜਿਹੜੇ ਲੱਗੇ ਆ ਉਹ ਵੀ ਪੰਜਾਬ ਹੀ ਲੱਗੇ ਆ ਅੱਛਾ ਜੀ ਗੱਡੀਆਂ ਤੇ ਤੁਸੀਂ ਪੰਜਾਬ ਹੀ ਲਿਖਾਇਆ ਪੰਜਾਬ ਹੀ ਲਿਖਾਇਆ ਇਹ ਪੰਜਾਬੀਅਤ ਦੇ ਨਾਲ ਇੰਨਾ ਪਿਆਰ ਹੋ ਗਿਆ ਜੀ ਪੂਰਾ ਪਿਆਰ ਹੈ ਜੀ ਯਾਦ ਰੱਖੋ ਅੱਛਾ ਜੀ ਜੀ ਬਿਲਕੁਲ ਸਰਦਾਰ ਸਾਹਿਬ ਨੂੰ ਪੰਜਾਬੀਅਤ ਦੇ ਨਾਲ ਬਹੁਤ ਜ਼ਿਆਦਾ ਲਗਾ ਆ ਪਿਆਰ ਆ क्योंकि अजिहे जेकर सोच वाले अजिही विचारधारा वाले जे नौजवान पंजाब दे विच रहणगे तां उम्मीद यही है कि आने वाले थोड़े समय दे विच जिहड़ा पंजाब है अपना वह रंगला पंजाब जरूर बन जाएगा क्योंकि वड्डी गिणती दे विच जिथे जिहड़े पंजाबी नौजवान ने वह विदेशों का रुख कर रहे हैं विदेशों वल जा रहे हैं लखां रुपया दे के जिहड़े अमेरिका जाते हैं कैनेडा जाते हैं जां होर अजिहियां कंट्रीज जांदियां जांदे ने जिथे उन्हां दा विचार यही है कि ਵਧੀਆ ਭਵਿੱਖ ਬਣੇਗਾ ਪਰ ਅੱਜ ਦੇ ਸਮੇਂ ਦੇ ਵਿੱਚ ਬਹੁਤ ਘੱਟ ਵਿਚਾਰਧਾਰਾ ਵਾਲੇ ਅਜਿਹੇ ਲੋਕ ਵੀ ਹੁੰਦੇ ਨੇ ਜਿਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਰਹਿ ਕੇ ਵਧੀਆ ਗੁਜ਼ਾਰਾ ਹੋ ਸਕਦਾ ਹੈ ਭਾਈ ਸਾਹਿਬ ਹੁਣ ਜਿਹੜੇ ਨੌਜਵਾਨ ਇਸ ਵੀਡੀਓ ਨੂੰ ਦੇਖ ਰਹੇ ਨੇ ਜਾਂ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਜੀ ਜੀ ਮੇਰਾ ਸੁਨੇਹਾ ਇਹੀ ਹੈ ਜੀ ਕਿ ਸਾਰੇ ਆਪਣੇ ਜਿਹੜੇ ਪੰਜਾਬੀ ਵੀਰ ਆ ਭਰਾ ਆ ਹਨਾ ਉਹ ਇੱਥੇ ਹੀ ਆਪਣਾ ਕੰਮ ਨੂੰ ਸੈੱਟ ਕਰਨ ਇੱਥੇ ਕਮਾਇਆ ਜਾ ਸਕਦਾ ਬਸ ਦਿਮਾਗ ਲਾਉਣ ਦੀ ਲੋੜ ਹੈ ਹਨਾ ਸੋਚਣ ਦੀ ਲੋੜ ਹੈ ਕਿ ਆਪਾਂ ਨੂੰ ਕਿਹੜਾ ਕੰਮ ਕਰਨਾ ਚਾਹੀਦਾ ਕਿਹੜੇ ਏਰੀਆ 'ਚ ਕਰਨਾ ਚਾਹੀਦਾ ਕੰਮ ਇੱਥੇ ਸਾਰੇ ਜ਼ਿਆਦਾ ਜੇ ਤੁਹਾਡੇ ਹੱਥ 'ਚ ਹੋ ਰਹੇ ਆ ਹਨਾ ਤੁਹਾਡੀ ਬੋਲੀ 'ਚ ਮਿਠਾਸ ਆ ਅਤੇ ਤੁਸੀਂ ਇੱਥੇ ਕੋਈ ਵੀ ਕੰਮ ਕਰ ਸਕਦੇ ਹੋ ਇੱਕ ਵਾਰ ਆਪਣੇ ਜ਼ਬਾਨੀ ਵੀ ਤੁਸੀਂ ਲੋਕੇਸ਼ਨ ਜ਼ਰੂਰ ਦੱਸ ਦਿਓ ਜੇ ਕਿਸੇ ਵੀਰ ਭਰਾ ਨੇ ਪੰਜਾਬ ਦੇ ਕਿਸੇ ਕੋਨੇ 'ਚੋਂ ਤੁਹਾਨੂੰ ਆ ਕੇ ਮਿਲਣਾ ਹੋਵੇ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਮੰਨ ਲਓ ਇਹ ਬਿਜ਼ਨਸ ਹੀ ਖੋਲ੍ਹਣਾ ਹੋਵੇ ਸ਼ੁਰੂ ਕਰਨਾ ਹੋਵੇ ਤੁਹਾਡੀ ਸਲਾਹ ਲੈਣੀ ਹੋਵੇ ਤੁਸੀਂ ਆਪਣਾ ਇੱਕ ਵਾਰ ਨਾਮ ਦੱਸ ਦਿਓ ਲੋਕੇਸ਼ਨ ਦੱਸ ਦਿਓ ਵੀ ਤੁਸੀਂ ਕਿੱਥੇ ਖੜਦੇ ਹੋ ਔਰ ਟਾਈਮਿੰਗ ਜ਼ਰੂਰ ਦੱਸ ਦਿਓ ਜੀ ਮੇਰਾ ਨਾਮ ਜੀ ਹਿਰਦੇਪਾਲ ਸਿੰਘ ਹੈ ਜੀ ਜੀ ਅਤੇ ਮੈਂ ਕੰਮ ਕਰਦਾ ਜੀ 66 ਫੁੱਟ ਰੋਡ 'ਤੇ ਕਿਊਰੋ ਮੋਲ ਦੇ ਬਿਲਕੁਲ ਓਪੋਜ਼ਿਟ ਸਾਈਡ ਜੀ ਅਤੇ ਮੇਰਾ ਟਾਈਮਿੰਗ ਹੈਗਾ ਜੀ 4 ਵਜੇ ਦੁਪਹਿਰੋਂ ਲੈ ਕੇ ਰਾਤੀ 10:30-11 ਵਜੇ ਤੱਕ ਹੁੰਦਾ ਜੀ ਜੇ ਕਿਸੇ ਨੇ ਕੋਈ ਵੀ ਬਿਜ਼ਨਸ ਸਲਾਹ ਵੀ ਲੈਣੀ ਆ ਤੇ ਮੇਰਾ ਭਰਾ ਕੋਈ ਵੀ ਮੈਨੂੰ ਕੰਟੈਕਟ ਕਰ ਸਕਦਾ ਕੰਟੈਕਟ ਨੰਬਰ ਜ਼ਰੂਰ ਦੱਸ ਦਿਓ ਜਿੰਨੇ ਵੀਰ ਭਰਾ ਦੇਖਣਾ ਚਾਹੁੰਦੇ ਨੇ ਤੁਹਾਡੇ ਤੋਂ ਐਨ ਅਮਰੀਕਾ ਦਾ ਹਾਲ ਚਾਲ ਵੀ ਪੁੱਛਣਾ ਚਾਹੁੰਦੇ ਨੇ ਅਮਰੀਕਨ ਆਰਮੀ ਦਾ ਵੀ ਉੱਥੇ ਕਿਹੋ ਜਿਹਾ ਰਵੱਈਆ ਸੀਗਾ ਹਨਾ ਉਹਨਾਂ ਨੇ ਗੱਲਬਾਤ ਕਰਨੀ ਹੋਵੇ ਮੰਨ ਲਓ ਇਹ ਬਿਜ਼ਨਸ ਹੀ ਓਪਨ ਕਰਨਾ ਹੋਵੇ ਸਲਾਹ ਲੈਣੀ ਹੋਵੇ ਹਿਰਦੇਪਾਲ ਸਿੰਘ ਜੀ ਤੋਂ ਤਾਂ ਹਿਰਦੇਪਾਲ ਸਿੰਘ ਜੀ ਮੁਫਤ 'ਚ ਸਲਾਹ ਜ਼ਰੂਰ ਦੇਣਗੇ ਸਲਾਹ ਦੇਵਾਂਗੇ ਪੂਰਾ ਹੈਲਪ ਕਰਾਂਗੇ ਜੀ ਕਿੱਥੋਂ ਸਮਾਨ ਮਿਲਦਾ ਕਿੱਥੋਂ ਕੀ ਮਿਲਦਾ ਹਨਾ ਪੰਜਾਬੀ ਹਰ ਕਿਸੇ ਦੀ ਮਦਦ ਕਰਦੇ ਨੇ ਮਦਦਗਾਰ ਵੀ ਖਵਾਉਂਦੇ ਨੇ ਫਿਰ ਕਹਿੰਦੇ ਪੰਜਾਬੀ ਦਾ ਹਰ ਕਿਸੇ ਚੀਜ਼ ਦਾ ਭੇਦ ਦੱਸ ਦਿੰਦੇ ਆ ਮਿੰਟ 'ਚ ਜੀ ਬਿਲਕੁਲ ਜੀ ਉਹੀ ਹੈ ਜੀ ਹਾਲ ਮੈਂ ਤਾਂ ਇਹੋ ਕਹਿ ਰਿਹਾ ਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਲੋੜ ਹੋਏ ਮੇਰੇ ਨਾਲ ਕੰਟੈਕਟ ਕਰ ਸਕਦਾ ਤੇ ਮੈਂ ਉਹਨਾਂ ਨੂੰ ਦੱਸਾਂਗਾ ਕਿ ਕੰਮ ਕਿੱਦਾਂ ਖੋਲ੍ਹਣਾ ਕਿੱਥੋਂ ਸਮਾਨ ਮਿਲਦਾ ਜੀ ਕਿਸ ਹਿਸਾਬ ਨਾਲ ਹਨਾ ਕੰਮ ਕਰਨਾ ਆ ਕਰੀਮਾਂ ਸੌਸਾਂ ਕਿੱਥੋਂ ਮਿਲਦੀਆਂ ਤੁਹਾਨੂੰ ਮਕੀਨ ਦੀ ਟਿੱਕੀ ਯੂਜ਼ ਕਰਨੀ ਆ ਕਿੱਥੋਂ ਮਿਲਦੀ ਆ ਔਰ ਮਤਲਬ ਕਿਸੇ ਲੋੜੀਂਦਾ ਚੀਜ਼ ਦੀ ਹੈਲਪ ਚਾਹੀਦੀ ਹੋਏ ਤਾਂ ਮੈਨੂੰ ਕੰਟੈਕਟ ਕਰ ਸਕਦੇ ਹਿਰਦੇਪਾਲ ਸਿੰਘ ਜੀ ਆਪਣਾ ਸੰਪਰਕ ਨੰਬਰ ਜ਼ਰੂਰ ਦੱਸ ਦਿਓ ਜੀ ਜੀ ਮੇਰਾ ਨੰਬਰ ਹੈ ਜੀ 700-99-88-15 700 ਪੂਰਾ ਜੀ ਜੀ 700-99 ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਜੇ ਕਿਸੇ ਨੇ ਬਿਜ਼ਨਸ ਖੋਲ੍ਹਣਾ ਹੋਵੇ ਕਿਉਂਕਿ ਜੇਕਰ ਪੰਜਾਬ ਦੇ ਲਈ ਜਿਹੜੇ ਪੰਜਾਬ ਹਿਤੈਸ਼ੀ ਲੋਕ ਨਹੀਂ ਸੋਚਣਗੇ ਫਿਰ ਪੰਜਾਬੀਅਤ ਦੀ ਹੋਂਦ ਨਹੀਂ ਬਚਾਈ ਜਾ ਸਕਦੀ ਜੇ ਪੰਜਾਬੀਅਤ ਦੀ ਹੋਂਦ ਵਾਕਿਆ ਹੀ ਬਚਾਉਣੀ ਹੈ ਜਾਂ ਪੰਜਾਬ ਨੂੰ ਮੁੜ ਰੰਗਲਾ ਕਰਨਾ ਹੈ ਤਾਂ ਅਜਿਹੇ ਜਿਹੜੇ ਨੌਜਵਾਨ ਵੀਰ ਭਰਾ ਹੈਗੇ ਨੇ ਉਹਨਾਂ ਤੋਂ ਸਿੱਖਿਆ ਲੈਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਜੇਕਰ ਇਹਨਾਂ ਨੌਜਵਾਨਾਂ ਤੋਂ ਕੋਈ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਜੋ ਜਿਹੜਾ ਪੰਜਾਬ ਨੂੰ ਮੁੜ ਰੰਗਲਾ ਬਣਾਇਆ ਜਾ ਸਕੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿੱਥੇ ਪੰਜਾਬੀ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਉੱਥੇ ਬਹੁਤ ਸਾਰੇ ਨੌਜਵਾਨ ਅਜਿਹੇ ਵੀ ਹੈਗੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਨਾਲ ਮੋਹ ਪਿਆਰ ਹੈ ਲਾਡ ਹੈ ਤਾਂ ਉਹਨਾਂ ਦੇ ਵਿੱਚੋਂ ਇੱਕ ਹੈਗੇ ਨੇ ਹਿਰਦੇਪਾਲ ਸਿੰਘ ਜੀ ਹਿਰਦੇਪਾਲ ਸਿੰਘ ਜੀ ਹੋਰ ਜਿਹੜੇ ਨੌਜਵਾਨ ਹੈਗੇ ਨੇ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਨਾ ਵੀ ਉਹਨਾਂ ਦੀ ਵਿਚਾਰਧਾਰਾ ਇਹੀ ਵੀ ਅਸੀਂ ਬਾਹਰ ਜਾ ਕੇ ਕਮਾਈ ਕਰ ਸਕਦੇ ਹਾਂ ਤੁਸੀਂ ਉਹਨਾਂ ਨੂੰ ਸਲਾਹ ਕਿਵੇਂ ਦਿਓਗੇ ਵੀ ਇੱਥੇ ਕਿਸ ਤਰੀਕੇ ਦੇ ਨਾਲ ਰਹਿ ਕੇ ਆਪਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਲਈ ਕੰਮ ਕਰ ਸਕਦੇ ਹਾਂ ਦੇਖੋ ਜੀ ਜਿਹੜੇ ਅੱਜ ਕੱਲ੍ਹ ਦੇ ਏਜੰਟ ਹੈਗੇ ਆ ਇਹ ਠੱਗ ਬਹੁਤ ਹੈਗੇ ਜੀ ਠੱਗੀ ਮਾਰਦੇ ਆ ਇਹ ਤੁਹਾਡੀ ਫਾਈਲਾਂ ਅਪਲਾਈ ਕਰਨੇ ਤੁਹਾਡੇ ਕੋਲ 30-40-50 ਹਜ਼ਾਰ ਪਹਿਲੇ ਲੈ ਲੈਣਗੇ ਤੁਹਾਡਾ ਸਮਾਂ 6 ਮਹੀਨੇ ਕਹਿਣਗੇ ਪਰਮਿਟ ਆ ਜਾਊਗਾ 8 ਮਹੀਨੇ ਕਹਿ ਦੇਣਗੇ
ਸਾਲ ਕਹਿ ਦੇਣਗੇ ਇੱਦਾਂ ਤੁਹਾਨੂੰ ਖੱਜਲ ਖਰਾਬ ਕਰਦੇ ਤੁਹਾਡੇ ਉਨ ਦੇਰ ਤੱਕ ਸੁਪਨੇ ਤੁਹਾਡੇ ਰੁਕੇ ਰਹਿੰਦੇ ਆ ਕਿ ਤੁਹਾਨੂੰ ਮਾਇੰਡ 'ਚ ਤੁਹਾਡੇ ਹੁੰਦਾ ਕਿ ਬਾਹਰ ਹੀ ਜਾਣਾ ਪਰ ਆਉਣ ਵਾਲੇ ਟਾਈਮ 'ਚ ਬਾਅਦ 'ਚ ਇਹ ਕਹਿ ਦਿੰਦੇ ਕਿ ਤੁਹਾਡਾ ਪਰਮਿਟ ਨਹੀਂ ਆਇਆ ਤੁਹਾਡਾ ਇਹ ਨਹੀਂ ਹੋਇਆ ਤੁਹਾਡਾ ਸਮਾਂ ਇੰਨਾ ਵੇਸਟ ਕਰ ਦਿੰਦੇ ਅਤੇ ਮੁੜ ਕੇ ਜਿਹੜੇ ਤੁਹਾਨੂੰ ਫਿਰ ਪੈਸੇ ਵੀ ਤੁਹਾਡੇ ਵਾਪਸ ਨਹੀਂ ਕੀਤੇ ਜਾਂਦੇ ਜਿਹੜੇ ਹੈਗੇ ਆ ਉਹਨੂੰ ਕੱਟ ਕਟਾ ਕੇ ਜੇ 50,000 ਦੀ 10,000 ਤੁਹਾਨੂੰ ਵਾਪਸ ਦੇਣਾ 15,000 ਦੇਣਾ ਅਤੇ ਉਹਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਇੱਥੇ ਪੰਜਾਬ 'ਚ ਕੰਮ ਕਰੋ ਤੁਸੀਂ ਜਿੰਨੇ ਤੁਸੀਂ ਬਾਹਰ ਕਮਾਉਣੇ ਆ ਉਹਨੇ ਤੁਸੀਂ ਇੱਥੇ ਘਰ ਬਹਿ ਕੇ ਕਮਾ ਸਕਦੇ ਹੋ ਹੈ ਨਾ ਘਰ ਦੇ ਵਿੱਚ ਰਹਿ ਕੇ ਆਪਣੀ ਫੈਮਿਲੀ ਦੇ ਨਾਲ ਪਿਆਰ ਰਹਿ ਕੇ ਆਪਣੀ ਮਰਜ਼ੀ ਦੇ ਮਾਲਕ ਨਾਲ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਹੈ ਨਾ ਕੰਮ ਦੇ ਜਿੱਦਣ ਮਰਜ਼ੀ ਛੁੱਟੀ ਕਰ ਸਕਦੇ ਹੋ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਅਤੇ ਜਿੰਨੇ ਤੁਸੀਂ ਬਾਹਰ 20,000 ਰੁਪਇਆ ਕਮਾਉਣਾ ਦੁਬਈ ਜਾ ਕੇ ਤੋਂ ਤਾਂ ਵਧੀਆ ਨੇ ਆਪਣੇ ਪਰਿਵਾਰ ਦੇ ਨਾਲ ਰਹੋ ਕੰਮ ਕੋਈ ਵੀ ਔਖਾ ਹੈ ਨਹੀਂ ਤੁਹਾਨੂੰ 2 ਦਿਨ ਦੇਖਣ ਦੀ ਲੋੜ ਆ ਤੀਜੇ ਦਿਨ ਤੁਸੀਂ ਵੀ ਕਰ ਸਕਦੇ ਹੋ ਜਿੱਦਾਂ ਮੈਂ ਕੀਤਾ ਸ਼ੁਰੂ ਐਨ ਹਿਕਟ ਹੋ ਕੇ ਵਧੀਆ ਐਨ ਪਰਸਨੈਲਿਟੀ ਨਾਲ ਖੜ ਸਕਦੇ ਹਾਂ ਨਾ ਆਰਾਮ ਨਾਲ ਜੀ ਕਿਸੇ ਦਾ ਕੋਈ ਨਾਲੇ ਇਹ ਵੀ ਕੋਈ ਆ ਕੇ ਦਬਕਾ ਨਹੀਂ ਕਰਨਾ ਆਪਣੇ ਬਿਜ਼ਨਸ ਦੇ ਵਿੱਚ ਇਹ ਵੀ ਆ ਜਦੋਂ ਮਰਜ਼ੀ ਆਪਾਂ ਛੁੱਟੀ ਵੀ ਕਰ ਸਕਦੇ ਹੈ ਨਾ ਜੀ ਹਾਂਜੀ ਹੁਣ ਕਈ ਵਾਰੀ ਜੀ ਭਾਈ ਸਾਹਿਬ ਇੱਥੇ ਇਦਾਂ ਦੀ ਦਿੱਕਤ ਆ ਜਾਂਦੀ ਹੈ ਤੁਹਾਨੂੰ ਮੈਂ ਦੱਸਦਾ ਇੱਥੇ ਬਾਹਰ ਜੀ ਇੱਥੇ ਜਿੱਦਾਂ ਇੱਕ ਵਾਰੀ ਮੇਰੇ ਨਾਲ ਇਦਾਂ ਦਾ ਮਾਹੌਲ ਹੋਇਆ ਤੇ ਇੱਕ ਕਸਟਮਰ ਆਇਆ ਗੱਡੀ ਉਹਨੇ ਇੱਥੇ ਤੱਕ ਲਾਤੀ ਮੈਂ ਉਹਨੂੰ ਕਿਹਾ ਕਿ ਭਾਈ ਸਾਹਿਬ ਨਾ ਲਓ ਜੀ ਗੱਡੀ ਇੱਥੇ ਤੇ ਇੱਥੇ ਮੈਂ ਕੰਮ ਕਰਦਾ ਮੈਨੂੰ ਅੱਗੋਂ ਧਮਕਾਉਣ ਲੱਗ ਪਿਆ ਮੈਂ ਤੈਨੂੰ ਇੱਥੋਂ ਚੁਕਾ ਦਾਂਗਾ ਤੈਨੂੰ ਉਹ ਕਰਾ ਦਾਂਗਾ ਹਾਂਜੀ ਉਹਨੇ ਮੇਰਾ ਕੁਛ ਦਿਨਾਂ ਬਾਅਦ ਮੇਰਾ ਕਾਊਂਟਰ ਚੁਕਾਇਆ ਬਈ ਉਹ ਬੰਦੇ ਨੇ ਮਤਲਬ ਇੰਨੀ ਜ਼ਿਆਦਾ ਆਪਣੇ ਆਪ ਨੂੰ ਹੰਕਾਰ ਕਹਿ ਸਕਦੇ ਹੰਕਾਰ ਜਿਹਨੂੰ ਕਹਿ ਦਿੰਦੇ ਆ ਹਨਾ ਕਿ ਤੈਨੂੰ ਮੈਂ ਚੁਕਾ ਦੇਣਾ ਆ ਚਲੋ ਬਾਬੇ ਦੀ ਮਿਹਰ ਸੀ ਮੈਂ ਕਾਊਂਟਰ ਅੱਗੇ ਜਾ ਕੇ ਲਵਾ ਲਿਆ ਮੇਰੇ ਆਹ ਗੱਲਬਾਤ ਕਰਕੇ ਨਾ ਮਤਲਬ ਗੱਲ ਇਹ ਕਿ ਆਪਣੇ ਪੰਜਾਬੀ ਇੱਦਾਂ ਦੇ ਵੀ ਹੈਗੇ ਆ ਕਿ ਜਿਹੜਾ ਧਮਕੀ ਦੇ ਦਿੰਦੇ ਕਿ ਤੈਨੂੰ ਇੱਥੋਂ ਚੁਕਾ ਦੇਣਾ ਜੇ ਪੰਜਾਬੀ ਨਾਲ ਪ੍ਰਵਾਸੀਆਂ ਨੂੰ ਕੰਪੇਅਰ ਕਰੀਏ ਉਹਨਾਂ ਦਾ ਤਾਂ ਕਹਿੰਦੇ ਸੜਕਾਂ ਤੇ ਵੀ ਲੱਗਾ ਹੁੰਦਾ ਵਿਚਕਾਰ ਲਾ ਲੈਂਦੇ ਰੇੜੀ ਫੜੀ ਹੈ ਨਾ ਕੋਈ ਨਹੀਂ ਉਹ ਤਾਂ ਫਿਰ ਤੁਹਾਨੂੰ ਦੇਖੇ ਤੁਸੀਂ ਅੱਜ ਕੱਲ੍ਹ ਵੀਡੀਓ ਦੇ ਉਹ ਕਿੰਨੀ ਵਾਇਰਲ ਹੋ ਰਹੀ ਹੈ ਗੋਲਗੱਪੇ ਵਾਲੀ ਜੀ ਤੁਸੀਂ ਦੇਖੀ ਹੋਣੀ ਵੀਡੀਓ ਹਨਾ ਬੰਦਾ ਕਿੱਦਾਂ ਖੁਰਕ ਰਿਹਾ ਆਪਣੇ ਆਪ ਨੂੰ ਨਾ ਖੁਜਲੀ ਕਰਕੇ ਉਹੀ ਹੱਥੇ ਨਾਲ ਗੋਲ ਗੱਪੇ ਦੇ ਪਾਣੀ ਨਾਲ ਬੀਬੀਆਂ ਵੀ ਵੱਡੀ ਗਿਣਤੀ 'ਚ ਉੱਥੇ ਖੜਦੀਆਂ ਜੀ ਫਿਰ ਸਵਾਦ ਖਾਂਦੀਆਂ ਉਹਨਾਂ ਕੋਲ ਜੀ ਇਹੀ ਚੀਜ਼ਾਂ ਨਾ ਤੁਸੀਂ ਦੇਖੋ ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਇੱਥੇ ਹੁਣ ਬੱਚੇ ਭਾਈ ਸਾਹਿਬ ਕਿਉਰੋ ਮੋਲ ਦੇ ਆਲੇ ਦੁਆਲੇ ਘੁੰਮਦੇ ਆ ਜੀ ਛੋਟੇ ਪ੍ਰਵਾਸੀਆਂ ਦੇ ਨਿਆਣੇ ਆ ਜੀ ਇਹ ਹਰ ਇੱਕ ਕਿਸੇ ਤੋਂ 10 ਲੈ ਲੇ ਕਿਸੇ ਤੋਂ 20 ਲੈ ਲੇ ਜੀ ਹਨਾ ਤੇ ਦੂਜਾ ਇਹ ਜਿਹੜੇ ਪਕਾਨੇ ਫਲਾ ਕੇ ਦਿੰਦੇ ਆ ਨਾ ਇਹ ਮੂੰਹ ਨਾਲ ਫਲਾਉਂਦੇ ਆ ਕਿ ਇਹ ਬੱਚੇ ਆਪਣੇ ਰਹੀ ਹਾਈਜੀਨਿਕ ਆ ਇਹ ਉਸੇ ਹੱਥਾਂ ਨਾਲ ਨੱਕਾਂ 'ਚ ਉਂਗਲੀਆਂ ਮਾਰਦੇ ਆ ਆਪਣੇ ਕੱਛਾਂ ਨੂੰ ਖੁਜਲਾਉਂਦੇ ਆ ਉਹੀ ਹੱਥਾਂ ਨਾਲ ਗੁਬਾਰੇ ਫਲਾ ਕੇ ਤੁਹਾਡੇ ਬੱਚਿਆਂ ਨੂੰ ਦਿੰਦੇ ਆ ਮਤਲਬ ਮੇਰੇ ਕਹਿਣ ਦਾ ਮਤਲਬ ਕਿ ਤੁਸੀਂ ਇਹ ਚੀਜ਼ਾਂ ਜਦੋਂ ਮੰਨ ਲਓ ਗੁਬਾਰਾ ਫੜਦਾ ਹੋਊਗਾ ਫਿਰ ਉਹ ਕਾਰਬਨ ਡਾਈਆਕਸਾਈਡ ਤਾਂ ਨਿਕਲਦੀ ਹੋਊਗੀ ਜੀ ਆਪਣੀ ਗੰਦੀ ਜਿਹੜੀ ਹਵਾ ਆ ਰਹੇ ਹੋ ਆਪਣੇ ਬੱਚਿਆਂ ਨੂੰ ਤੁਸੀਂ ਦੇ ਰਹੇ ਹੋ ਇਹ ਅਵੋਇਡ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ ਜੀ ਚੀਜ਼ਾਂ ਨੂੰ ਪਰ ਜ਼ਿਆਦਾ ਸ਼ਹਿਰੀਆਂ ਦੀ ਗੱਲ ਕਰ ਲਈ ਉਹ ਤਾਂ ਬੈਲੂਨ ਫੜਦੇ ਵੀ ਬੇਟਾ ਬੈਲੂਨ ਲੈ ਲਓ ਇੱਦਾਂ ਵੀ ਕਹਿੰਦੇ ਹੋਣਗੇ ਜੀ ਬਿਲਕੁਲ ਜੀ ਬਿਲਕੁਲ ਉਹੀ ਮੈਂ ਕਹਿ ਰਿਹਾ ਕਿ ਮਤਲਬ ਹਰ ਚੀਜ਼ ਨੂੰ ਆਪਾਂ ਨੂੰ ਸੋਚਣਾ ਕਿ ਆਪਾਂ ਆਪਣੇ ਆਪ ਨੂੰ ਸਫਾਈ ਕਿੱਦਾਂ ਰੱਖਣੀ ਹੈ ਹਨਾ ਹਾਈਜੀਨਿਕ ਨਾਲ ਆਪਾਂ ਕਿੱਦਾਂ ਆਪਾਂ ਰਹਿਣਾ ਵਾ ਤੇ ਫਿਰ ਲੋਕੀ ਕਿਉਂ ਜਾਂਦੇ ਮੈਨੂੰ ਲੱਗਦਾ ਪ੍ਰਵਾਸੀਆਂ ਤੋਂ ਜਾ ਕੇ ਖਾਂਦੇ ਆ ਸਵਾਦ ਲੈ ਕੇ ਇਹ ਹਿਰਦੇਪਾਲ ਜੀ ਇਹ ਫਿਰ ਰੋਕਥਾਮ ਕਿਵੇਂ ਹੋ ਸਕਦੀ ਹੈ ਜਿਵੇਂ ਹਨਾ ਬੀਬੀਆਂ ਵੱਡੀ ਗਿਣਤੀ 'ਚ ਰੇੜੀ ਦੇ ਆਲੇ ਦੁਆਲੇ ਖੜ ਜਾਂਦੀਆਂ ਹਨਾ ਟੇਸਟੀ ਵੀ ਕਹਿੰਦੀਆਂ ਵੀ ਬਹੁਤ ਵਧੀਆ ਸਵਾਦਿਸ਼ਟ ਹੈਗਾ ਹਨਾ ਫਿਰ ਉਸ ਤਰ੍ਹਾਂ ਦੀ ਸਿਚੁਏਸ਼ਨ ਨੂੰ ਕਿਵੇਂ ਰੋਕਿਆ ਜਾ ਸਕਦਾ ਹੁਣ ਦੇਖੋ ਇੱਕ ਹੋਰ ਚੀਜ਼ ਆ ਹੁਣ ਜਿਹੜਾ ਹੁਣ ਸਬਜ਼ੀ ਗਲੀ 'ਚ ਵੇਚਦਾ ਬੰਦਾ ਜੀ ਹੈ ਉਹ ਥੋੜੇ ਦਿਨ ਪਹਿਲੇ ਗੁਟਕਾ ਖਾਂਦਾ ਹੁੰਦਾ ਜੀ ਤੇ ਉਸੇ ਹੱਥਾਂ ਨਾਲ ਤੁਹਾਨੂੰ ਸਬਜ਼ੀ ਪੈਕ ਕਰਕੇ ਦਿੰਦਾ ਜੀ ਇਹ ਚੀਜ਼ਾਂ ਨਹੀਂ ਨਾ ਕਿਸੇ ਨੂੰ ਨੋਟਿਸ ਹੁੰਦੀਆਂ ਜੀ ਜੀ ਉਹ ਕੀ ਪਤਾ ਬਾਹਰ ਜਾ ਕੇ ਬਾਥਰੂਮ ਕਿੱਥੇ ਕਰਕੇ ਆਇਆ ਤੇ ਉਹ ਮੁੜ ਕੇ ਹੱਥ ਨਹੀਂ ਧੋਤੇ ਉਸੇ ਹਿਸਾਬ ਨਾਲ ਤੁਹਾਨੂੰ ਸਬਜ਼ੀ ਤੁਹਾਨੂੰ ਅੱਗੇ ਦੇ ਰਿਹਾ ਪ੍ਰੋਵਾਈਡ ਕਰ ਰਿਹਾ ਜੀ ਫਲ ਫਰੂਟ ਤੁਹਾਨੂੰ ਦੇ ਰਿਹਾ ਗੰਦੇ ਹੱਥਾਂ ਨਾਲ ਜੀ ਇਹ ਪੰਜਾਬੀ ਸਬਜ਼ੀਆਂ ਵਾਲੇ ਜਿਹੜੇ ਵੀਰ ਭਰਾ ਹੈਗੇ ਰੇਹੜੀਆਂ ਵਾਲੇ ਹੈਗੇ ਜਾਂ ਹੋਰ ਵੀ ਕਈ ਵਪਾਰੀ ਹੈਗੇ ਇਕੱਤਰਤਾ ਕਿਹੋ ਜਿਹੀ ਕਰਨੀ ਚਾਹੀਦੀ ਜਾਂ ਕਿਹੋ ਜਿਹੀ ਰਣਨੀਤੀ ਲਿਖੀ ਜਾਣੀ ਚਾਹੀਦੀ ਤਾਂ ਜੋ ਆਉਣ ਵਾਲੇ ਸਮੇਂ ਜਿਹੜਾ ਪ੍ਰਵਾਸੀਆਂ ਦਾ ਦਬਦਬਾ ਇਹ ਤੋਂ ਵੀ ਛੁਟਕਾਰਾ ਮਿਲ ਸਕਦੇ ਤੇ ਜਿਹੜਾ ਰੰਗਲਾ ਪੰਜਾਬ ਖਵਾਉਂਦਾ ਸੀ ਕਿਸੇ ਸਮੇਂ ਪੰਜਾਬ ਉਹ ਦੁਬਾਰਾ ਰੰਗਲਾ ਬਣ ਜਾਵੇ ਜੀ ਇੱਕ ਤਾਂ ਇਹ 'ਚ ਦੋ ਤਰੀਕੇ ਨਾਲ ਜੀ ਸਹਿਯੋਗ ਹੋ ਸਕਦਾ ਜੀ ਇੱਕ ਤਾਂ ਜਿਹੜੇ ਆਪਣੇ ਪੰਜਾਬੀ ਆ ਵੱਧ ਤੋਂ ਵੱਧ ਆਪਣਾ ਕਾਰੋਬਾਰ ਇੱਥੇ ਖੋਲਣ ਫਾਸਟ ਫੂਡ ਦਾ ਖੋਲਣ ਸਬਜ਼ੀਆਂ ਵੇਚਣ ਸਾਰੇ ਕੰਮ ਕਰਨ ਤੇ ਦੂਜਾ ਆ ਜਿਹੜਾ ਖਰੀਦਦਾਰ ਕਿ ਜਿਹੜਾ ਖਰੀਦਦਾਰ ਆ ਉਹਨੂੰ ਵੀ ਇੰਨੀ ਕੁ ਸਮਝ ਹੋਣੀ ਚਾਹੀਦੀ ਹੈ ਕਿ ਆਪਣੇ ਪੰਜਾਬੀ ਭਰਾ ਦੀ ਮਦਦ ਕੀਤੀ ਜਾਏ ਉਹਦਾ ਘਰ ਚੱਲੇ ਉਹਦਾ ਚੁੱਲ੍ਹਾ ਚੱਲੇ ਹੈ ਨਾ ਜੀ ਆਪਾਂ ਉਸ ਤਰੀਕੇ ਨਾਲ ਉਹਨਾਂ ਨੂੰ ਅਵਾਇਡ ਕੀਤਾ ਜਾ ਸਕਦਾ ਕਿ ਜਿਹੜੇ ਜ਼ਿਆਦਾ ਤਹਿਸ 'ਚ ਆ ਕੇ ਜਿਹੜੇ ਆ ਪ੍ਰਵਾਸੀ ਜਿਹੜੇ ਆਪਣੇ ਸਿੱਖਾਂ ਦੀਆਂ ਪੱਗਾਂ ਨੂੰ ਪੈਣ ਡੇ ਆ ਅਸੀਂ ਉਹਨਾਂ ਨੂੰ ਰੋਕਿਆ ਜਾ ਸਕਦਾ ਕਿਉਂਕਿ ਉਹਨਾਂ 'ਚ ਕੰਮ ਨਹੀਂ ਆਊਗਾ ਜੀ ਆਪਣੇ ਪੰਜਾਬੀਆਂ ਨੂੰ ਸਪੋਰਟ ਵਿੱਚ ਆਉਣਾ ਚਾਹੀਦਾ ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਖੁੱਲ੍ਹ ਵੀ ਆਪਾਂ ਲੋਕਾਂ ਨੇ ਦਿੱਤੀ ਪੰਜਾਬੀਆਂ ਨੇ ਖੁੱਲ੍ਹ ਦਿੱਤੀ ਆ ਤਾਂ ਹੀ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਦੁਬਈ ਨਾਲ ਵੀ ਕੰਪੇਅਰ ਕੀਤਾ ਜਾਂਦਾ ਹੈ ਕਹਿੰਦੇ ਵੀ ਦੁਬਈ ਦੇ ਵਿੱਚ ਵੀ ਆਪਣੇ ਪੰਜਾਬੀ ਨੌਜਵਾਨ ਜਾਂਦੇ ਨੇ ਉਹ ਪ੍ਰਵਾਸੀ ਘੁੰਮਾਉਂਦੇ ਨੇ ਉੱਥੇ ਪਰ ਉੱਥੇ ਤਾਂ ਕਿਸੇ ਸ਼ੇਖ ਨੂੰ ਉਹਨਾਂ ਨੇ ਹੱਥ ਨਹੀਂ ਪਾਇਆ ਫਿਰ ਇੱਥੇ ਪੰਜਾਬੀਆਂ ਦੀਆਂ ਪੱਗਾਂ ਨੂੰ ਕਿਉਂ ਪਾਇਆ ਜਾ ਰਿਹਾ ਜੀ ਇਹ ਹੁਣ ਖੁੱਲ੍ਹ ਵੀ ਅਸੀਂ ਦਿੱਤੀ ਹੈ ਜੀ
ਬਾਕੀ ਸਰਕਾਰ ਆਪਣੀ ਜ਼ਿੰਮੇਵਾਰ ਹੈ ਜੀ ਜਿਹਨੂੰ ਕਹਿੰਦੇ ਨੇ ਸਿੱਧੀ ਗੱਲ ਜ਼ਿੰਮੇਵਾਰੀ ਨਿਭਾਉਣੀ ਵੀ ਚਾਹੀਦੀ ਹੈ ਤਰੀਕੇ ਦੇ ਨਾਲ ਤਾਂ ਜੋ ਜਿਹੜਾ ਪੰਜਾਬ ਹੈ ਨਾ ਬਾਈ ਜੀ ਮੁੜ ਰੰਗਲਾ ਬਣਿਆ ਜਾ ਸਕੇ ਕਿਉਂਕਿ ਤੁਹਾਡੇ ਵਰਗੇ ਜੀ ਵੀਰ ਭਰਾ ਪੰਜਾਬ ਦੇ ਵਿੱਚ ਰਹਿਣਗੇ ਪੰਜਾਬ ਹਿਤੈਸ਼ੀ ਹੋਣਗੇ ਜਾਂ ਪੰਜਾਬ ਦੇ ਪ੍ਰਤੀ ਆਪਣਾ ਹਮਦਰਦੀ ਰੱਖਣਗੇ ਫਿਰ ਪੰਜਾਬ ਆਪਣਾ ਰੰਗਲਾ ਦੁਬਾਰਾ ਜ਼ਰੂਰ ਬਣ ਸਕਦਾ ਬਾਈ ਜੀ ਬਿਲਕੁਲ ਜੀ ਉਹੀ ਗੱਲ ਹੈ ਕਿ ਮੇਰਾ ਕਹਿਣ ਦਾ ਮਤਲਬ ਉਹੀ ਕਿ ਵੱਧ ਤੋਂ ਵੱਧ ਜਿਹੜੇ ਪੰਜਾਬੀ ਆਪਣਾ ਇੱਥੋਂ ਕਾਰੋਬਾਰ ਖੋਲਣ ਬਾਹਰ ਨਾ ਜਾਣ ਜੀ ਕਿਸੇ ਨੂੰ ਕਿਸੇ ਚੀਜ਼ ਦੀ ਮਦਦ ਆ ਦੱਸੋ ਆਪਾਂ ਕਾਰੋਬਾਰ 'ਚ ਅਸੀਂ ਤੁਹਾਡੀ ਮਦਦ ਕਰਨ ਨੂੰ ਤਿਆਰ ਹੈ ਨਾ ਜੀ ਫਾਸਟ ਫੂਡ ਦਾ ਕੰਮ ਖੋਲਣਾ ਮੈਂ ਜ਼ਿੰਮੇਵਾਰੀ ਲੈਣਾ ਮੈਂ ਤੁਹਾਨੂੰ ਸਭ ਕੁਝ ਸਿਖਾਵਾਂਗਾ ਦੱਸਾਂਗਾ ਜੀ ਜੀ ਬਿਲਕੁਲ ਜਿੱਥੇ ਤੱਕ ਦੱਸ ਸਕਦਾ ਜੀ ਕੋਈ ਸੀਕਰੇਟ ਵੀ ਹੁੰਦੇ ਆ ਉਹਨੂੰ ਚਲੋ ਹੈ ਨਾ ਕਰ ਸਕਦੇ ਹਾਂ ਬਾਕੀ ਜਿਹੜੀਆਂ ਨੋਰਮਲ ਚੀਜ਼ਾਂ ਹੋਣਗੀਆਂ ਕੁਛ ਹੀ ਹੋਣਗੀਆਂ ਮੈਂ ਤੁਹਾਨੂੰ ਸਭ ਕੁਝ ਸਿਖਾਵਾਂਗਾ ਸਭ ਕੁਝ ਦੱਸਾਂਗਾ ਕਿਸੇ ਨੂੰ ਲੋੜ ਹੈ ਮੈਨੂੰ ਦੱਸੋ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਬਾਈ ਜੀ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਤੇ ਜਿੰਨੇ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਦੋਸਤੋ ਜਲੰਧਰ ਜੇ ਤੁਸੀਂ ਆਉਂਦੇ ਹੋ ਕਿਊਰੋ ਮਾਲ ਕਾਫੀ ਮਸ਼ਹੂਰ ਆ ਫੇਮਸ ਹੈ ਜਲੰਧਰ ਦੇ ਵਿੱਚ ਬਿਲਕੁਲ ਨਾਲ ਇੱਕ ਹਵੇਲੀ ਰੈਸਟੋਰੈਂਟ ਬਣਿਆ ਹੋਇਆ ਸਾਹਮਣੇ ਹੈਗਾ ਕਿਊਰੋ ਮਾਲ ਤਾਂ ਇੱਧਰ ਹਵੇਲੀ ਰੈਸਟੋਰੈਂਟ ਆ ਕੁਛ ਹੀ ਸਮਾਂ ਹੋਇਆ ਇਸ ਨੂੰ ਬਣੇ ਹੋਏ ਤਾਂ 66 ਫੁੱਟੀ ਰੋਡ ਖਵਾਉਂਦਾ ਹੈ ਤਾਂ ਇਹ ਸਰਦਾਰ ਸਾਹਿਬ ਇੱਥੇ ਫਾਸਟ ਫੂਡ ਦਾ ਕੰਮ ਕਰਦੇ ਨੇ ਰੇਹੜੀ ਲਾਉਂਦੇ ਨੇ ਤਾਂ ਘੱਟੋ ਘੱਟ ਹੌਸਲਾ ਅਫਜ਼ਾਈ ਲਈ ਜੇਕਰ ਤੁਸੀਂ ਖਾਣਾ ਵੀ ਨਹੀਂ ਘੱਟੋ ਘੱਟ ਮਿਲ ਕੇ ਜ਼ਰੂਰ ਜਾਇਓ ਹੌਸਲਾ ਜ਼ਰੂਰ ਵਧਾਇਓ ਇਹਨਾਂ ਸਰਦਾਰ ਸਾਹਿਬ ਜੀ ਨੂੰ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਨੇ ਵਿਦੇਸ਼ਾਂ ਵੱਲ ਜਾ ਰਹੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਰੋਕਥਾਮ ਕੀਤੀ ਜਾ ਸਕੇ ਕਿਉਂਕਿ ਜੇਕਰ ਆਪਾਂ ਲੋਕ ਹੀ ਪੰਜਾਬ ਪ੍ਰਤੀ ਹਮਦਰਦੀ ਨਹੀਂ ਰੱਖਾਂਗੇ ਫਿਰ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਪੰਜਾਬ ਲਈ ਵਫਾਦਾਰੀ ਕੌਣ ਰੱਖੇਗਾ ਵੱਡੇ ਸਵਾਲ ਖੜੇ ਹੋ ਰਹੇ ਨੇ ਪਰ ਸਰਦਾਰ ਸਾਹਿਬ ਦੇ ਹੌਸਲੇ ਵੀ ਨੂੰ ਵੀ ਸਲਾਮ ਹੈਗਾ ਕਿਉਂਕਿ ਕੋਈ ਸਮਾਂ ਸੀਗਾ ਜਦੋਂ ਇਹ USA ਦੀ ਆਰਮੀ ਨੂੰ ਖਾਣਾ ਪਰੋਸ ਕੇ ਦਿੰਦੇ ਸੀ ਸਰਵਿਸ ਕਰਦੇ ਸੀਗੇ ਪਰ ਅੱਜ ਜਲੰਧਰ ਦੇ ਵਿੱਚ ਇੱਥੇ ਇਹ ਇੱਕ ਕਿਸਮ ਦੀ ਰੇਹੜੀ ਲਗਾ ਕੇ ਕੰਮ ਕਰ ਰਹੇ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅਜਿਹੇ ਲੋਕ ਵੀ ਹੈਗੇ ਨੇ ਜਿਨ੍ਹਾਂ ਦੀ ਮਾਨਸਿਕਤਾ ਇਹ ਬਣੀ ਹੋਈ ਹੈ ਕਿ ਭਾਈ ਰੇਹੜੀ ਲਾਉਣੀ ਫੜੀ ਲਾਉਣੀ ਇਹ ਛੋਟੇ ਲੋਕਾਂ ਦਾ ਕੰਮ ਹੈਗਾ ਆ ਪਰ ਇਹਨਾਂ ਦੀ ਮਿਹਨਤ ਨੂੰ ਵੀ ਸਲਾਮ ਹੈਗਾ ਕਿਉਂਕਿ ਗਰਮੀ ਦਾ ਵੀ ਮੌਸਮ ਹੈਗਾ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਵੀ ਇਹ ਹਿੱਕ ਡਾਹ ਕੇ ਖੜੇ ਹੋਏ ਨੇ ਪ੍ਰਵਾਸੀਆਂ ਦੇ ਵਿੱਚ ਕਿਉਂਕਿ ਇੱਥੇ ਚਰਚਾਵਾਂ ਇਹ ਵੀ ਹੋ ਰਹੀਆਂ ਨੇ ਕਿ ਸਰਦਾਰ ਸਾਹਿਬ ਦਾ ਖੌਫ ਵੀ ਇੰਨਾ ਹੈਗਾ ਕਿ ਪ੍ਰਵਾਸੀ ਕੋਈ ਇਹਨਾਂ ਮੂਹਰੇ ਖੰਘਦਾ ਨਹੀਂ ਇਹ ਸੱਚਾਈ ਹੈਗੀ ਜੀ ਕੋਈ ਪ੍ਰਵਾਸੀ ਕਹਿੰਦੇ ਤੁਹਾਡੇ ਮੂਹਰੇ ਖੰਘਦਾ ਨਹੀਂ ਆ ਗਏ ਜੀ ਨਹੀਂ ਜੀ ਆਪਾਂ ਚਲੋ ਆਪਾਂ ਨੂੰ ਰੱਖਿਆ ਕਿ ਇੱਥੇ ਸਾਡੇ ਲਾਗੇ ਛਾਗੇ ਕੋਈ ਪ੍ਰਵਾਸੀ ਆਪਾਂ ਵਾਕਿਆ ਨਹੀਂ ਲੱਗਣ ਦੇਣਾ ਜੀ ਹਾਂਜੀ ਇਹ ਕਿਉਂਕਿ ਦਬਾਅ ਹੀ ਬਹੁਤ ਪਾਉਂਦੇ ਹੋਏ ਮੈਜੋਰਟੀ ਜੀ ਇਹ ਤਾਂ ਮੈਨੂੰ ਇਹਨਾਂ ਤੋਂ ਮੈਂ ਹੁਣ ਕੀ ਕਮਾ ਹਨਾ ਜੀ ਕਿਸਾਨ ਵੀਰ ਨੂੰ ਆਪਣੀ ਫਸਲ ਨਹੀਂ ਵੇਚਣ ਦਿੱਤੀ ਜਾ ਰਹੀ ਫਿਰ ਤੁਹਾਡੇ ਮਨ ਦੇ ਵਿੱਚ ਜ਼ਹਿਨ ਚ ਖਿਆਲ ਕਿਹੋ ਜਿਹੇ ਆਉਂਦੇ ਬਾਈ ਜੀ ਖਿਆਲ ਤਾਂ ਹੁਣ ਦੱਸ ਨਹੀਂ ਸਕਦੇ ਕੀ ਆਉਂਦੇ ਆ ਜੀ ਬਸ ਉਹੀ ਗੱਲ ਆ ਕਿ ਚਲੋ ਜੇ ਉਹ ਕੰਮ ਕਰਦੇ ਜੇ ਹੋਰ ਕੋਈ ਵੀ ਪੰਜਾਬੀ ਕੰਮ ਕਰਨੇ ਤੇ ਉਹਨਾਂ ਨੂੰ ਇਹ 'ਚ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਹਨਾ ਕਿ ਤੁਹਾਡਾ ਕੰਮ ਕਰ ਰਹੇ ਤੁਹਾਨੂੰ ਮੁਬਾਰਕ ਆ ਤੁਸੀਂ ਕਰੋ ਜੇ ਤੁਸੀਂ ਪੰਜਾਬ 'ਚ ਰਹਿ ਕੇ ਪੰਜਾਬੀਆਂ ਨੂੰ ਰੋਕੋਗੇ ਫਿਰ ਇਹ ਚੀਜ਼ ਬਰਦਾਸ਼ਤ ਨਹੀਂ ਕੀਤੀ ਜਾਏਗੀ ਜੀ ਬਿਲਕੁਲ ਜਿੰਨੇ ਵੀਰ ਭਰਾ ਜੀ ਤੁਹਾਡੀ ਮੈਂ ਵੀਡੀਓ ਦੇਖੀ ਸੀ ਉੱਥੇ ਜਿਹੜੇ ਆਪਣੇ ਜਲੰਧਰ ਦੀ ਤੁਸੀਂ ਪਾਈ ਸੀ ਨਾ ਜੀ ਜੀ ਭਾਈ ਸਾਹਿਬ ਉਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਕਿੱਦਾਂ ਮਤਲਬ ਸਾਰੇ ਪ੍ਰਵਾਸੀਆਂ ਨੇ ਕਿੱਦਾਂ ਪੰਜਾਬੀ ਨੂੰ ਕਿਹਾ ਕਿ ਤੇਰੀ ਗੱਡੀ ਨੂੰ ਅੱਗ ਲਾ ਦਾਂਗੇ ਤੇ ਉਹ ਕਰ ਦਾਂਗੇ ਇਹ ਭਾਈ ਬਰਦਾਸ਼ਤ ਨਹੀਂ ਕੀਤਾ ਜਾਏ ਆਪਾਂ ਭਾਈ ਜੀ ਪਹਿਲ ਦੇ ਆਧਾਰ ਤੇ ਪੰਜਾਬ ਪ੍ਰਤੀ ਆਪਾਂ ਵੀ ਥੋੜਾ ਹਮਦਰਦੀ ਰੱਖਦੇ ਹਾਂ ਆਪਾਂ ਹੀ ਪਹਿਲ ਦੇ ਆਧਾਰ ਤੇ ਉਹ ਕਵਰ ਕੀਤੀ ਸੀ ਤਾਂ ਜੋ ਸੁਨੇਹਾ ਚੱਲ ਜਾਵੇ ਪੰਜਾਬੀਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬਿਲਕੁਲ ਜੀ ਹੁਣ ਵੀ ਭਾਈ ਜੀ ਇੱਥੇ ਆਏ ਸਾਨੂੰ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਸਾਡਾ ਫਰਜ਼ ਇਹੀ ਹੁੰਦਾ ਹੈ ਜੇਕਰ ਕੋਈ ਪੰਜਾਬੀ ਭਰਾ ਮਿਹਨਤ ਕਰਦਾ ਹੈ ਘੱਟੋ ਘੱਟ ਅਸੀਂ ਲੋਕਾਂ ਤੱਕ ਜ਼ਰੂਰ ਉਸ ਗੱਲ ਨੂੰ ਪਹੁੰਚਾਈਏ ਲੋਕਾਂ ਤੱਕ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਹੋਰ ਵੀ ਹੈਗੇ ਨੇ ਉਹਨਾਂ ਲਈ ਤੁਸੀਂ ਰੋਲ ਮਾਡਲ ਬਣੋ ਜੀ ਜੀ ਅਸੀਂ ਇੱਕ ਗੱਲਬਾਤ ਕਰਕੇ ਆਏ ਸੀ ਕੁਝ ਦਿਨ ਪਹਿਲਾਂ ਰੋਪੜ ਗਏ ਸੀਗੇ ਇੱਕ ਨੌਜਵਾਨ ਸੀਗਾ ਬੀਟੈਕ ਕਰਨ ਦੇ ਬਾਵਜੂਦ ਵੀ ਸੜਕ ਕਿਨਾਰੇ ਸੋਡਾ ਵੇਚ ਰਿਹਾ ਸੀ ਪਰ ਬਹੁਤ ਸਾਰੇ ਲੋਕਾਂ ਦੇ ਸਾਨੂੰ ਵੀ ਫੋਨ ਆਏ ਉਸ ਨੌਜਵਾਨ ਨੂੰ ਵੀ ਫੋਨ ਗਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਲੱਖਾਂ ਰੁਪਈਏ ਲਾ ਕੇ ਬਾਹਰ ਜਾਂਦਾ ਵਿਦੇਸ਼ਾਂ ਵੱਲ ਜਾਂਦਾ ਹੈ ਤਾਂ ਜੇਕਰ ਇੱਥੇ ਪੰਜਾਬ ਦੇ ਵਿੱਚ ਕੰਮ ਕੀਤਾ ਜਾ ਸਕੇ ਉਹ ਤੋਂ ਵੱਡਾ ਕੋਈ ਸਕੂਨ ਨਹੀਂ ਹੈਗਾ ਬਾਈ ਜੀ ਕੋਈ ਸਕੂਨ ਨਹੀਂ ਜੀ ਆਰਾਮ ਨਾਲ ਸਵੇਰੇ ਉੱਠੀਦਾ ਹੌਲੀ ਨਾਲ ਕੰਮ ਸ਼ੁਰੂ ਕਰੀਦਾ ਕਿਸੇ ਦੀ ਰੋਕ ਟੋਕ ਨਹੀਂ ਹੈ ਹਨਾ ਜਿਹਨੇ ਤੁਸੀਂ ਲੱਖਾਂ ਲਾ ਕੇ ਬਾਹਰ ਜਾਣਾ ਤੁਸੀਂ ਲੱਖ ਰੁਪਈਆ ਇੱਥੇ ਲਾ ਕੇ ਲੱਖ ਤੋਂ ਵੀ ਘੱਟ ਮੈਂ ਕਹਿੰਦਾ ਬਹੁਤ ਅਮਾਊਂਟ ਘੱਟ ਲਾ ਕੇ ਤੁਸੀਂ ਇੱਥੇ ਹਜ਼ਾਰਾਂ ਰੁਪਏ ਕਮਾ ਸਕਦੇ ਮਹੀਨੇ ਦੇ ਜੀ 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 ਬਹੁਤ ਬਹੁਤ ਸ਼ੁਕਰੀਆ ਬਾਈ ਜੀ ਜੇਕਰ ਕੋਈ ਦਰਸ਼ਕ ਵੀਰ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਜਾਂ ਪੰਜਾਬ ਦੇ ਵਿੱਚ ਦੇਖ ਰਹੇ ਨੇ ਜਾਂ ਪੰਜਾਬ ਤੋਂ ਬਾਹਰ ਦੇਖ ਰਹੇ ਨੇ ਆਹ ਹਿਰਦੇਪਾਲ ਸਿੰਘ ਜੀ ਹੈਗੇ ਨੇ ਮਿਹਨਤ ਕਰ ਰਹੇ ਨੇ ਬਾਬੇ ਨਾਨਕ ਦੇ ਸਿਧਾਂਤ ਕਿਰਤ ਕਰੋ ਨਾਮ ਜਪੋਰ ਵੰਡ ਦੇ ਅਕੋਰਡਿੰਗ ਇਹ ਮਿਹਨਤ ਕਰ ਰਹੇ ਨੇ ਪਰ ਸਾਡਾ ਵੀ ਮੁੱਢਲਾ ਫਰਜ਼ ਬਣਦਾ ਹੈ ਕਿ ਜੇਕਰ ਕੋਈ ਪੰਜਾਬੀ ਵੀਰ ਭਰਾ ਮਿਹਨਤ ਕਰਦਾ ਹੈ ਬਾਬੇ ਨਾਨਕ ਦੇ ਸਿਧਾਂਤ ਤੇ ਚੱਲਦਾ ਹੈ ਕਿਰਤ ਕਰਦਾ ਹੈ ਘੱਟੋ ਘੱਟ ਚੋਰੀ ਤਾਂ ਨਹੀਂ ਕਰਦਾ ਜੇਕਰ ਕੋਈ ਮਿਹਨਤ ਕਰਦਾ ਹੈ ਉਸਨੂੰ ਐਪਰੀਸ਼ੀਏਟ ਕਰਨਾ ਹਰ ਕਿਸੇ ਪੰਜਾਬੀ ਦਾ ਫਰਜ਼ ਬਣਦਾ ਹੈ ਜੇਕਰ ਪੰਜਾਬੀ ਇਹਨਾਂ ਨੌਜਵਾਨਾਂ ਨੂੰ ਅਜਿਹੇ ਵੀਰ ਭਰਾ ਜਿਹੜੇ ਹੈਗੇ ਨੇ ਉਹਨਾਂ ਨੂੰ ਐਪਰੀਸ਼ੀਏਟ ਨਹੀਂ ਕਰਦਾ ਤਾਂ ਉਸ ਲਈ ਵੀ ਮਾੜੀ ਗੱਲ ਹੈ ਪਰ ਘੱਟੋ ਘੱਟ ਇਹਨਾਂ ਦੀ ਹੌਸਲਾ ਅਫਜ਼ਾਈ ਜ਼ਰੂਰ ਕਰਨੀ ਚਾਹੀਦੀ ਹੈ ਅਤੇ
ਉਹਨਾਂ ਨੂੰ ਹੌਸਲਾ ਮਿਲ ਸਕੇ। ਤਾਂ ਜੇਕਰ ਕੋਈ ਜਲੰਧਰ ਆਉਂਦਾ ਹੈ, ਜਲੰਧਰ ਦੇ ਕਿਊਰੋ ਮਾਲ ਦੇ ਬਿਲਕੁਲ ਸਾਹਮਣੇ ਹਿਰਦੇਪਾਲ ਸਿੰਘ ਜੀ ਲੱਗਦੇ ਨੇ, ਇਹ ਰੇੜੀ ਲਗਾਉਂਦੇ ਨੇ, ਤਾਂ ਇਹਨਾਂ ਕੋਲ ਜ਼ਰੂਰ ਪਹੁੰਚੋ। ਖਾਣਾ ਨਹੀਂ ਖਾਣਾ ਤੁਹਾਡੀ ਮਨ ਦੀ ਮਰਜ਼ੀ ਹੈ, ਪਰ ਘੱਟੋ ਘੱਟ ਇਹਨਾਂ ਦਾ ਹੌਸਲਾ ਜ਼ਰੂਰ ਵਧਾ ਦਿਓ, ਤਾਂ ਜੋ ਜੇਕਰ ਇਹਨਾਂ ਦਾ ਹੌਸਲਾ ਵਧੇਗਾ ਆਉਣ ਵਾਲੇ ਸਮੇਂ ਦੇ ਵਿੱਚ, ਹੋਰ ਵੀ ਜਿਹੜੇ ਪੰਜਾਬੀ ਨੌਜਵਾਨ ਨੇ ਕੰਮ ਪ੍ਰਤੀ ਆਪਣੀ ਜਿਹੜੀ ਸੋਚ ਨੂੰ ਛੋਟੀ ਸੋਚ ਮੰਨ ਕੇ ਬੈਠੇ ਹੋਏ ਨੇ ਵੀ ਭਾਈ ਇਹ ਕੰਮ ਛੋਟਾ ਹੈਗਾ ਆ, ਉਹਨਾਂ ਨੂੰ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਔਰ ਇਸ ਵੀਡੀਓ ਤੋਂ ਜਾਂ ਸਰਦਾਰ ਸਾਹਿਬ ਦੇ ਜਿਹੜੇ ਵਿਚਾਰ ਹੈਗੇ ਨੇ ਹਿਰਦੇਪਾਲ ਸਿੰਘ ਜੀ ਦੇ, ਉਹਨਾਂ ਤੋਂ ਆਸ ਉਮੀਦ ਕਰਦੇ ਹਾਂ ਕਿ ਜਿਹੜੇ ਨੌਜਵਾਨ ਬਹੁਤ ਪ੍ਰਭਾਵਿਤ ਹੋਏ ਨੇ। ਜੇ ਵੀਡੀਓ ਚੰਗੀ ਲੱਗੀ ਦੋਸਤੋ, ਹਰੇਕ ਪੰਜਾਬੀ ਤੱਕ ਜ਼ਰੂਰ ਪਹੁੰਚਾ ਦਿਓ, ਤਾਂ ਜੋ ਹਿਰਦੇਪਾਲ ਸਿੰਘ ਜੀ ਦਾ ਵੀ ਜਿਹੜਾ ਹੌਸਲਾ ਜ਼ਰੂਰ ਵਧਾਇਆ ਜਾ ਸਕੇ।